बीएस इस्लामिक सेंटर तौहीद दा चैनल चलदा ए। बीएस इस्लामिक सेंटर तौहीद दा चैनल चलदा ए। मुखलस है रवैया इन्हां दा, मुखलस है रवैया इन्हां दा, रब इज्जतां बहुतियां गलदा ए। बीएस इस्लामिक सेंटर तौहीद दा चैनल चलदा ए। रिकॉर्डिंग साफ है इन्हां दी, तस्वीर भी सोहनी बनाउंदे ने। रिकॉर्डिंग साफ है इन्हां दी, तस्वीर भी सोहनी बनाउंदे ने। हर छोटे वड्डे आलिम नाल ए प्यार भी बहुता पाउंदे ने। हर छोटे वड्डे आलिम नाल ए प्यार भी बहुता पाउंदे ने। मुहब्बत है कसूरी इन्हां विच, मोहब्बत है कसूरी इन्हां विच, जिवें पौधा फुल कमल दाए। बीएस इस्लामिक सेंटर तौहीद दा चैनल चलदा ए। बीएस इस्लामिक सेंटर तौहीद दा चैनल चल। अल्हम्दुलिल्लाह, الحمد لله الذي هدانا لهذا وما كنا لنهتدي لولا أن هدانا الله اللهم صل على محمد وعلى محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى إنك حميد مجيد أما بعد فأعوذ بالله السميع العليم من الشيطان الرجيم بسم الله الرحمن الرحيم لقد كان لكم في رسول الله أسوة حسنة لمن كان يرجو الله واليوم الآخرة وذكر الله كثيرا ਸਾਨੂੰ ਤੇ ਲੋੜ ਕੋਈ ਨਹੀਂ ਲੱਭ ਕੇ ਲਿਆਂਦੀ ਅੱਲਾ ਕਮੀ ਛੱਡੀ ਕੋਈ ਨਹੀਂ ਸੋਹਣੇ ਨੂੰ ਬਣਾਉਂਦੀ ਸਾਨੂੰ ਤੇ ਲੋੜ ਕੋਈ ਨਹੀਂ
ਲੱਭ ਕੇ ਲਿਆਂਦੀ ਮੌਲਾ ਕਮੀ ਛੱਡੀ ਕੋਈ ਨਹੀਂ ਸੋਹਣੇ ਨੂੰ ਬਣਾਉਂਦੀ ਸਾਡੀਆਂ ਤੇ ਲੋੜਾਂ ਥੋੜਾਂ ਮਦਨੀ ਮੁਕਾ ਗਿਆ ਦੀਨੀ ਦੁਨਿਆਵੀ ਗੱਲਾਂ ਸਭੇ ਸਮਝਾ ਗਿਆ ਲੋੜ ਨੀ ਸੋ ਰਹਿਣ ਦਿੱਤੀ ਉਰਾਂ ਪਰਾਂ ਜਾਂਦੀ ਜੱਗ ਵਿੱਚ ਧੁੰਮ ਪੈ ਗਈ ਨਬੀ ਸੁਲਤਾਨ ਦੀ ਸੱਲੱਲਾਹੁ ਅਲੈਹਿ ਵਸੱਲਮ। ਥੋੜ੍ਹਾ ਇੱਕੋ ਘੱਟ ਕਰੋ ਇੱਕੋ। ਅੱਲਾਹ ਤਾਲਾ ਦੀ ਹਮਦੋ ਸਨਾ ਹਮਦਾਂ ਸਨਾਵਾਂ ਕਿਬਰਿਆਈ ਬੜਾਈ ਤਾਰੀਫਾਤ ਅੱਲਾਹ ਵਾਹਦਹੁ ਲਾ ਸ਼ਰੀਕ ਦੀ ਜ਼ਾਤ ਵਾਸਤੇ ਹੈ। ਬੇਸ਼ੁਮਾਰ ਲਾ ਤਾਦਾ ਦਰੂਦੋ ਸਲਾਮ ਇਮਾਮੁਲ ਅੰਬੀਆ ਖਤੀਬੁਲ ਅੰਬੀਆ ਇਮਾਮ ਕਾਇਨਾਤ ਜਨਾਬ ਮੁਹੰਮਦੁਰ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਆਲਿਹਿ ਵਸੱਲਮ ਦੀ ਜ਼ਾਤ ਅਕਦਸ ਤੇ ਹਜ਼ਰਾਤ ਅੱਜ ਦਾ ਤਬਲੀਗੀ ਵਾ ਇਸਲਾਹੀ ਪ੍ਰੋਗਰਾਮ ਦਰਸੇ ਕੁਰਾਨ ਓ ਹਦੀਸ ਮਰਕਜ਼ ਇਸਮਾਈਲ ਜ਼ਬੀਹੁੱਲਾਹ ਅਲੈਹਿ ਸਲਾਤੁ ਵਸਲਾਮ ਬੜਾ ਸ਼ਾਨਦਾਰ ਮਾਸ਼ਾਅੱਲਾ ਖੂਬਸੂਰਤ ਮਰਕਜ਼ੀ ਇੰਤਜ਼ਾਮੀਆ ਜਮਾਤੀ ਨਮਾਜ਼ੀ ਔਰ ਇੰਤਹਾਈ ਕਾਬਲ ਇਹਤਰਾਮ ਖਤੀਬ ਇਸਲਾਮ ਮਹਬੂਬ ਅਵਾਮ ਫਜ਼ੀਲਤ ਸ਼ੇਖ ਹਜ਼ਰਤ ਮੌਲਾਨਾ ਹਾਫਿਜ਼ ਮੁਹੰਮਦ ਉਸਮਾਨ ਫੈਸਲ ਸਾਹਿਬ ਹਾਫਿਜ਼ਹੁਲਾਹ ਤਾਲਾ ਖਤੀਬ ਮਰਕਜ਼ ਹਾਜ਼ਾ ਦੀਗਰ ਦੋਸਤ ਅਹਬਾਬ ਜਿਨ ਭਾਈਆਂ ਨੇ ਮਿਹਨਤ ਕੋਸ਼ਿਸ਼ ਮੁਹੱਬਤ ਨਾਲ ਪ੍ਰੋਗਰਾਮ ਰੱਖੇ ਹੈ ਅੱਲਾਹ ਪਾਕ ਆਪਣੀ ਬਾਰਗਾਹ ਦੇ ਅੰਦਰ ਕਬੂਲ ਫਰਮਾਏ। ਇੰਤਹਾਈ ਕਾਬਲ ਇਹਤਰਾਮ ਪਾਕ ਪਤਨ ਤੋਂ ਹਜ਼ਰਤ ਮੌਲਾਨਾ ਹਾਫਿਜ਼ ਮੁਹੰਮਦ ਅਬੂ ਸੁਫਿਆਨ ਹਮਜ਼ਾ ਸਾਹਿਬ ਉਹ ਵੀ ਤਸ਼ਰੀਫ ਫਰਮਾ ਨੇ ਮੁਹਤਰਮ ਜਨਾਬ ਕਾਰੀ ਮੁਹੰਮਦ ਅਬਦੁੱਲਾ ਸਾਹਿਬ ਅਬਦੁਰ ਰਹਿਮਾਨ ਸਾਹਿਬ ਹਾਫਿਜ਼ਹੁਲਾਹ ਤਾਲਾ ਔਰ ਦੀਗਰ ਦੋਸਤ ਅਹਬਾਬ ਅੱਲਾਹ ਪਾਕ ਸਭਨਾਂ ਦੀ ਹਾਜ਼ਰੀ ਇਸ ਪ੍ਰੋਗਰਾਮ ਨੂੰ ਸਭ ਸਾਡੇ ਵਾਸਤੇ ਨਜਾਤ ਦਾ ਜ਼ਰੀਆ ਬਣਾਏ। ਨਵੰਬਰ ਅੰਦਰ ਸਲਾਨਾ ਅਜ਼ੀਮੋ ਸ਼ਾਨ ਕਾਨਫਰੰਸ ਤੋਂ ਮੈਂ ਉਸ ਕਾਨਫਰੰਸ ਅੰਦਰ ਹਾਜ਼ਰ ਨਹੀਂ ਹੋ ਸਕਿਆ ਮਜਬੂਰੀ ਦੀ ਬਿਨਾ ਤੇ ਅੱਲਾ ਰੱਬੁਲ ਆਲਮੀਨ ਦੀ ਰਜ਼ਾ ਔਰ ਰਹਿਮਤ ਲਈ ਉਮਰੇ ਦੀ ਸਾਦਤ ਹਾਸਲ ਕਰਨ ਮੱਕੇ ਪਹੁੰਚੇ ਹੋਏ ਸੀ। ਸਰਕਾਰੇ ਮਦੀਨਾ ਕਾਨਫਰੰਸ ਸੀ ਤੋ ਅਸੀਂ ਮਦੀਨੇ ਸ਼ਰੀਫ ਦੀਆਂ ਜ਼ਿਆਰਤਾਂ 'ਚ ਮਸਰੂਫ ਇਸ ਵਾਸਤੇ ਨਹੀਂ ਪਹੁੰਚ ਸਕੇ। ਮੁਹਤਰਮ ਹਾਫਿਜ਼ਾ ਫਰਮਾ ਰਹੇ ਸਨ ਵੀ ਉਹ ਕਫਾਰਾ ਅਦਾ ਕਰਨਾ ਕਦੋਂ ਕਰਨਾ ਔਰ ਖਦੀਬ ਪਾਕਿਸਤਾਨ ਕਾਰੀ ਅਹਿਮਦ ਹਸਨ ਸਾਜਦ ਸਾਹਿਬ ਉਹ ਵੀ ਨਹੀਂ ਆਏ ਉਹਨਾਂ ਕੋਲ ਵੀ ਕਫਾਰਾ। ਇਹ ਜਿਹੜਾ ਮਾਨਾ ਦਰਸ ਹੋਇਆ ਨੇ ਪਹਿਲਾ ਇਬਤਦਾ ਇੱਥੋਂ ਮੇਰੇ ਤੋਂ ਸ਼ੁਰੂ ਹੋ ਗਈ ਹੈ ਤੇ ਅਗਲਾ ਜਿਹੜਾ ਕਫਾਰਾ ਹੈ ਉਹ ਕਾਰੀ ਅਹਿਮਦ ਹਸਨ ਸਾਜਦ ਸਾਹਿਬ ਦੇ ਦੇਣਗੇ। ਇਹ ਕਫਾਰੇ ਚੱਲਣਗੇ ਪੂਰੇ ਸਾਲ 12-14 ਖਤੀਬਾਂ ਦਾ ਗਰੁੱਪ ਹੈ ਜੀ ਉਹਨਾਂ 'ਚ ਸਰੇ ਫਰਿਸਤ ਹਾਫਿਜ਼ ਉਸਮਾਨ ਫੈਸਲ ਸਾਹਿਬ ਨੇ ਤੇ ਸਾਰੇ ਹਾਫਿਜ਼ ਸਾਹਿਬ ਦੇ ਬੇਲੀ ਨੇ। ਬਸ ਇੱਕ ਇੱਕ ਮਹਾਨਾ ਦਰਸ ਦਿਨ ਸਾਲ ਲੰਘ ਜਾਏਗਾ ਫਿਰ ਮੁੱਢੋਂ ਸ਼ੁਰੂ ਇਨਸ਼ਾਅੱਲਾਹ। ਮਰਕਜ਼ ਇਸਮਾਈਲ ਤੇ ਜਿਹੜਾ ਮਹਾਨਾ ਦਰਸ ਦੇਣ ਵਾਸਤੇ ਪਹਿਲੇ ਨੰਬਰ ਤੇ ਸੱਦਿਆ ਗਿਆ ਉਹ ਖਤੀਬ ਇਸਮਾਈਲ ਕਿਆ ਵਾਹ ਹਾਂਜੀ ਜ਼ਰਾ ਕਹੋ ਖਾਂ ਸੁਭਾਨ ਅੱਲਾਹ ਮੇਰੇ ਬਾਰੇ ਵੀ ਸੁਭਾਨ ਅੱਲਾਹ ਕਹਿ ਦਿਓ। ਇਹ ਸ਼ੋਰ ਚਾਚਾ ਸਪੀਕਰ ਤੇਰਾ ਸ਼ੋਰ ਨਾ ਕਰੇ ਥੋੜ੍ਹੀ ਆਵਾਜ਼ ਘਟਾ ਦੇ ਈਕੋ ਘਟਾ ਦੇ ਸਾਦੀ ਆਵਾਜ਼ ਚੱਲਣ ਦੇ। ਤਵੱਜੋ ਹੈ ਮੇਰੀ ਤਰਫ ਬਈ। ਡਾਕਟਰ ਸਾਹਿਬ ਦਾ ਕੀ ਨਾਮ ਹੈ? ਡਾਕਟਰ ਰਿਆਜ਼ ਸਾਹਿਬ ਉਹ ਮੁਬਾਰਕਬਾਦ ਦੇ ਹੱਕਦਾਰ ਨੇ ਜਿਹਨਾਂ ਦੇ ਬੱਚੇ ਨੇ ਕੁਰਾਨੇ ਪਾਕ ਮੁਕੰਮਲ ਯਾਦ ਕੀਤਾ। ਅੱਲਾ ਕਰੇ ਉਹ ਬੱਚਾ ਆਲਮੀ ਦੀਨ ਬਣੇ ਮੁਬੱਲਗ ਬਣੇ ਵਾਲਦੈਨ ਦੀ ਅੱਖਾਂ ਦੀ ਠੰਡਕ ਬਣੇ ਨਜਾਤ ਦਾ ਜ਼ਰੀਆ ਔਰ ਸਬਬ ਬਣੇ ਇਨਸ਼ਾ ਅੱਲਾ।
ਡਾਕਟਰ ਸਾਹਿਬ ਨੇ ਤੁਹਾਡੇ ਵਾਸਤੇ ਖਾਣ ਪੀਣ ਦਾ ਵੀ ਇੰਤਜ਼ਾਮ ਕੀਤਾ ਤੇ ਉਹ ਤੁਸੀਂ ਇਨਸ਼ਾਅੱਲਾ ਦਰਸ ਦੇ ਬਾਅਦ ਖਾਣਾ ਖਾਣਾ ਖਾਣੇ ਦੇ ਤਰੀਕੇ ਦਾ ਪਤਾ ਨਾ ਤੁਹਾਨੂੰ ਡਾਕਟਰ ਸ਼ਰਾਫਤ ਦਾ ਕਸੂਰ ਬੜੇ ਦਰਸ ਦਿੰਦਾ ਤੇ ਜਿਵੇਂ ਉਹਨੇ ਕਿਹਾ ਉਵੇਂ ਖਾਣਾ ਥੋੜਾ ਥੋੜਾ ਪਤਾ ਜੇ ਇੱਕ ਬੁਰਕੀ ਨੂੰ 32 ਵਾਰੀ ਚਬਾਉਣਾ ਜੇ ਹੁਣ ਉਹ ਕਸੂਰ ਦੇ ਅੰਦਰ ਦਰਸ ਦੇ ਰਿਹਾ ਅਸੀਂ ਵਿਹਾੜੀ ਬਹਿ ਕੇ ਅਮਲ ਕਰ ਰਹੇ ਹਾਂ ਕਸੂਰ ਵਾਲ ਨੂੰ ਤਾਂ ਪਹਿਲੇ ਚਾਹੀਦਾ ਅਮਲ ਕਰਨਾ ਹੈ ਕਿਉਂ ਪਾਣੀ ਵੀ ਉਂਝ ਪੀਣਾ ਮੈਂ ਹੁਣ ਜ਼ਰਾ ਦੋ ਘੁੱਟ ਪੀਤੇ ਨੇ ਜਿਵੇਂ ਉਹ ਪੀ ਦੱਸਦੇ ਨੇ ਮੈਂ ਕਿਹਾ ਜੇ ਮੈਂ ਪੀਣ ਲੱਗ ਗਿਆ ਤੇ ਅੱਧੀ ਤਕਰੀਰ ਲੰਘ ਜਾਏਗੀ ਤੋ ਬਹਰ ਹਾਲ ਉਂਝ ਪੀ ਖਾਓ ਪੀਓਗੇ ਜਿਵੇਂ ਡਾਕਟਰ ਸਾਹਿਬ ਨੁਸਖੇ ਦੱਸ ਰਹੇ ਨੇ ਤੋ ਫਾਇਦਾ ਬੜਾ ਹੁੰਦਾ ਅੱਲਾ ਪਾਕ ਉਹਨਾਂ ਨੂੰ ਵੀ ਤੰਦਰੁਸਤੀ ਦੇ ਤਵੱਜੋ ਮੇਰੀ ਤਰਫ ਰਹੇ ਕੁਰਾਨ ਪਾਕ ਦੀ ਜਿਹੜੀ ਮੈਂ ਆਇਤ ਪੜ੍ਹੀ ਏ ਅੱਲਾ ਰੱਬੁਲ ਆਲਮੀਨ ਫਰਮਾ ਰਹੇ ਨੇ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਿੰਦਗੀ ਸਾਡੇ ਵਾਸਤੇ ਬਿਹਤਰੀਨ ਨਮੂਨਾ ਹੈ ਇਮਾਨ ਵਾਲਿਆਂ ਵਾਸਤੇ ਹਜ਼ਰਾਤ ਬਿਹਤਰੀਨ ਨਮੂਨਾ ਤਵੱਜੋ ਮੇਰੀ ਤਰਫ ਰਹੇ ਜੋ ਪਿਆਰੇ ਪੈਗੰਬਰ ਦੇ ਹਕੂਕ ਨੇ ਉਹਨਾਂ ਚੋਂ ਇੱਕ ਹੱਕ ਇਹ ਵੀ ਹੈ ਕਿ ਪਿਆਰੇ ਪੈਗੰਬਰ ਦੀ ਤਾਬੇਦਾਰੀ ਕੀਤੀ ਜਾਏ ਅਤਾਤ ਤੋਂ ਫਰਮਾ ਬਰਦਾਰੀ ਕੀਤੀ ਜਾਏ ਅੱਲਾ ਕਰੇ ਸਾਡੇ ਘਰਾਂ ਦਾ ਮਾਹੌਲ ਇਸਲਾਮੀ ਬਣ ਜਾਏ ਸਾਡੇ ਕਾਰੋਬਾਰ ਲੈਣ ਦੇਣ ਇਸਲਾਮੀ ਬਣ ਜਾਏ ਪਿਆਰੇ ਪੈਗੰਬਰ ਦੀ ਸੁਨਤ ਔਰ ਸੀਰਤ ਬਾ ਮੁਤਾਬਿਕ ਅਸੀਂ ਟਾਈਮ ਗੁਜ਼ਾਰਨ ਵਾਲੇ ਬਣ ਜਾਈਏ ਉੱਚੀ ਆਮੀਨ ਕੋ ਤਵੱਜੋ ਮੇਰੀ ਤਰਫ ਜੋ ਨਮਾਜ਼ ਦੀਆਂ ਸੁਸਤੀਆਂ ਨੇ ਅੱਲਾ ਪਾਕ ਉਹ ਸਾਡੀਆਂ ਦੂਰ ਕਰ ਦੇਵੇ ਸਾਨੂੰ ਸਾਡੇ ਬੱਚਿਆਂ ਨੂੰ ਸਾਡੀਆਂ ਖਵਾਤੀਨ ਨੂੰ ਅੱਲਾ ਪਾਕ ਨਮਾਜ਼ੀ ਬਣਾਏ ਕਿਆਮਤ ਵਾਲੇ ਦਿਨ ਸਭ ਤੋਂ ਪਹਿਲੇ ਜਿਹੜਾ ਹਿਸਾਬੋ ਕਿਤਾਬ ਹੋਣਾ ਉਹ ਨਮਾਜ਼ ਦਾ ਹੋਣਾ ਸਹੀ ਅਲ ਬੁਖਾਰੀ ਅੰਦਰ ਆਉਂਦਾ ਹੈ ਇੱਕ ਪਾਸੇ ਹਜ਼ਰਤ ਅੱਬਾਸ ਦੂਜੇ ਪਾਸੇ ਹਜ਼ਰਤ ਅਲੀ ਰਜ਼ੀ ਅੱਲਾਹੁ ਤਾਲਾ ਅਨਹੁਮਾ ਦੋਨਾਂ ਨੇ ਸਹਾਰਾ ਦਿੱਤਾ ਹੈ ਨਬੀ ਪਾਕ ਮਸਜਿਦ ਦੇ ਨਬੀ ਨੂੰ ਜਾ ਰਹੇ ਨੇ ਖੁਦਾ ਦੀ ਕਸਮ ਇਤਨੇ ਬਿਮਾਰ ਕਮਜ਼ੋਰ ਪੈਰ ਨਹੀਂ ਚੁੱਕਿਆ ਜਾਂਦਾ ਸਾਹਬਾ ਇਕਰਾਮ ਨੇ ਸਹਾਰਾ ਦਿੱਤਾ ਦੋਨੋਂ ਪਾਓਂ ਬੁਖਾਰੀ ਅੰਦਰ ਲਿਖਿਆ ਨਬੀ ਪਾਕ ਦੇ ਦੋਨੋਂ ਪਾਓਂ ਜ਼ਮੀਨ ਤੇ ਲਕੀਰਾਂ ਬਣਾਉਂਦੇ ਜਾ ਰਹੇ ਨੇ ਫਿਰ ਵੀ ਆਪ ਨਮਾਜ਼ ਵਾਸਤੇ ਮਸਜਿਦ ਪਹੁੰਚੇ ਉਸ ਪੈਗੰਬਰ ਦੀ ਸੁਨਤ ਸੀਰਤ ਤੇ ਅਸਾਂ ਅਮਲ ਕਰਨਾ ਹੈ ਤੇ ਜੇ ਘਰ ਵਿੱਚੋਂ ਇੱਕ ਬਾਬਾ ਨਮਾਜ਼ ਪੜ੍ਹੇ ਪੂਰਾ ਟੱਬਰ ਬੇਨਮਾਜ਼ ਜਿੱਥੇ ਬੁੜੀਆਂ ਬੇਨਮਾਜ਼ ਬੱਚੇ ਬੇਨਮਾਜ਼ ਤੇ ਬਾਬਾ ਆਪ ਪੜ੍ਹ ਲੈਂਦਾ ਘਰੇ ਜਾ ਕੇ ਕਿਸੇ ਨੂੰ ਕਹਿੰਦਾ ਨੇ ਵੀ ਤੁਸੀਂ ਵੀ ਪੂਰਾ ਕੋਈ ਨਮਾਜ਼ ਪੜ੍ਹਿਆ ਕਰੋ ਕੀ ਬਣੇਗਾ ਕੌਮ ਦਾ ਕੁਰਾਨ ਪਾਕ ਦੀ ਤਲਾਵਤ ਮੁੱਦਤਾਂ ਗੁਜ਼ਰ ਗਈਆਂ ਘਰੇ ਕਦੇ ਤਲਾਵਤ ਹੀ ਨਹੀਂ ਹੋਈ ਕਈ ਐਸੇ ਘਰ ਨੇ ਜਿਹਨੂੰ ਪੁੱਛ ਲਓ ਕੋਈ ਜਾਏ ਨਮਾਜ਼ ਹੈ ਨਮਾਜ਼ ਪੜ੍ਹਨ ਵਾਸਤੇ ਉਹ ਲੱਭਣ ਲੱਗ ਜਾਂਦੇ ਨੇ ਜਾਏ ਨਮਾਜ਼ ਇੱਥੇ ਕਦੇ ਪੜ੍ਹੀ ਹੋਵੇ ਪਤਾ ਹੋਵੇ ਜਾਏ ਨਮਾਜ਼ ਦੀ ਫਿਰ ਬੰਦਾ ਉਹਨਾਂ ਨੂੰ ਕੀ ਕਹੇਗਾ ਸਿੱਖਾਂ ਦਾ ਯਹੂਦੀਆਂ ਦਾ ਘਰ ਹੈ ਜਾਂ ਮੁਸਲਮਾਨਾਂ ਦਾ ਜਿਸ ਘਰ ਦੇ ਅੰਦਰ ਕੁਰਾਨ ਪਾਕ ਮੌਜੂਦ ਨਹੀਂ ਜ਼ਿਆਦਾ ਤੋਂ ਜ਼ਿਆਦਾ ਜ਼ਿਆਦਾ ਤੋਂ ਜ਼ਿਆਦਾ ਇੱਕ ਕੁਰਾਨ ਪਾਕ ਹੋਰ ਫੈਮਿਲੀ ਦੇ ਮੈਂਬਰ 25-30 ਨੇ ਕੁਰਾਨ ਪਾਕ ਇੱਕੋ ਗੁਲਾਬ ਚਾੜਿਆ ਤੋ ਉੱਪਰ ਪਿਆ ਅੱਲਾ ਕਰੇ ਇਹ ਸਾਡੀਆਂ ਕਮੀਆਂ ਕੁਤਾਈਆਂ ਅੱਲਾ ਪਾਕ ਦੂਰ ਕਰ ਦੇ ਹਜ਼ਰਾਤ ਤਵੱਜੋ ਮੇਰੀ ਤਰਫ ਮਾਸ਼ਾਅੱਲਾ ਮਾਸ਼ਾਅੱਲਾ ਬਲੋਚ ਮੇਰਾ ਭਰਾ ਬਾਬਾ ਬਲੋਚ ਸਾਡੀ ਵੀ ਕੁਛ ਸੋਚ ਹੈ ਜੀ ਮਨਜ਼ੂਰ ਅਹਿਮਦ ਬਲੋਚ ਸਾਹਿਬ ਸੋਢੀਵਾਲ ਤੋਂ ਕਾਰੀ ਅਬਦੁੱਲਾ ਸਾਹਿਬ ਤੁਸੀਂ ਮੋਹਤਰਮ ਜਨਾਬ ਕਾਰੀ ਮੁਹੰਮਦ ਅਬਦੁੱਲਾ ਸਾਹਿਬ ਹਾਫਿਜ਼ਾਉੱਲਾ ਤਾਲਾ ਕਾਰੀ ਅਬਦੁਲ ਰਹਿਮਾਨ ਸਾਹਿਬ ਤੇ ਮੌਲਾਨਾ ਫਜ਼ੀਲਤ ਸ਼ੇਖ ਮਨਜ਼ੂਰ ਅਹਿਮਦ ਬਲੋਚ ਸਾਹਿਬ ਤੇ ਕਾਰੀ ਅਬਦੁਲ ਸ਼ਕੂਰ ਸਾਹਿਬ ਕਿੱਥੇ ਨੇ ਉਹ ਵੀ ਚਲੋ ਅੱਲਾ ਪਾਕ ਹੁਣ ਤੰਦਰੁਸਤੀ ਦੇ ਮੌਲਾਨਾ ਸਦੀਕੁਲ ਹਸਨ ਹਾਫਿਜ਼ਾਉੱਲਾ ਤਾਲਾ ਉਲਾਮਾ ਤਸ਼ਰੀਫ ਲਿਆ ਰਹੇ ਨੇ ਅੱਲਾ ਪਾਕ ਸਭਨਾਂ ਦੀ ਹਾਜ਼ਰੀ ਕਬੂਲ ਫਰਮਾਏ ਲਓ ਜੀ ਹੁਣ ਗੱਲ ਸ਼ੁਰੂ ਕਰੀਏ ਬਈ ਤਵੱਜੋ ਹੈ ਮੇਰੀ ਤਰਫ ਇਨਸ਼ਾਅੱਲਾ ਹੁਣ ਵਾਅਦਾ ਤੁਸੀਂ ਕਰਦੇ ਹੋ ਘਰੇ ਬੱਚਿਆਂ ਨੂੰ ਔਰਤਾਂ ਨੂੰ ਮਾਵਾਂ ਭੈਣਾਂ ਬੇਟੀਆਂ ਨੂੰ ਸਾਰਿਆਂ ਨੂੰ ਨਮਾਜ਼ ਦੀ ਤਲਕੀਨ ਕਰੋਗੇ ਜਿਹੜੇ ਯਾਰ ਸੱਜਣ ਬੇਲੀ ਦੁਕਾਨਦਾਰ ਜਿੱਥੇ ਜਿੱਥੇ ਯਾਰੀ ਸਾਰਿਆਂ ਨੂੰ ਕੋਈ ਥੋੜ੍ਹੀ ਥੋੜ੍ਹੀ ਦਾਵਤ ਦਿਓਗੇ ਬਈ ਨਮਾਜ਼ ਪੜ੍ਹਿਆ ਕਰੋ ਇਨਸ਼ਾਅੱਲਾ ਦਾਵਤ ਦਿਓ ਇਹ ਹੁਣ ਮਸਜਿਦ ਬਹਿ ਕੇ ਤੁਸੀਂ ਵਾਅਦਾ ਕਰ ਰਹੇ ਹੋ ਮੇਰੇ ਨਾਲ ਵਾਅਦਾ ਪੱਕਾ ਕਰੇ ਆ ਜੇ ਜਿਹੜੇ ਲੋਕ ਨਮਾਜ਼ਾਂ ਪੜ੍ਹਦੇ ਨੇ ਅੱਲਾ ਕਬੂਲ ਫਰਮਾਏ ਜਿਹੜੇ ਨਹੀਂ ਪੜ੍ਹਦੇ ਅਸੀਂ ਥੋੜ੍ਹੀ ਥੋੜ੍ਹੀ ਪੂਰਾ ਪੂਰਾ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਕੋਈ ਹਫ਼ਤਾ ਦੋ ਹਫ਼ਤੇ ਤਿੰਨ ਹਫ਼ਤੇ ਪਿੱਛੇ ਹੱਥ ਧੋ ਕੇ ਪਏ ਰਹਾਂਗੇ ਕਦੇ ਨਾ ਕਦੇ ਤਾਂ ਮਸੀਤੇ ਆਉਣਗੇ ਕੋਸ਼ਿਸ਼ ਕਰੋਗੇ ਇਨਸ਼ਾਅੱਲਾ
حضرات میں عرض کر رہے ہیں نبی پاک دی پوری زندگی صلی اللہ علیہ وسلم ساڑے واسطے بہترین نمونہ ہے، آپ دیاں خوشیاں آپ دیاں غمیاں بہترین نمونہ۔ میں کوئی چند کو گزارشات تہاڈے سامنے کرنا چاہنا، پیارے پیغمبر دے غماں دا تذکرہ، آپ دے دکھڑیاں دا تذکرہ۔ خوشی اندر مومن دا کردار کی ہونا چاہیدا ہے، انشاءاللہ اگلی دفعہ بیان ہوئے گا۔ غماں دے اندر پیارے پیغمبر صلی اللہ علیہ وسلم دا اپنا کردار کی سی، تے امت دا کردار کی ہونا چاہیدا ہے۔ اس حوالے نال کوئی دو چار گزارشات حضرات۔ قرآن آندا فإنما العسر یسرا، پہلے تنگی، تنگی دے نال بات آسانی، بھیجن والا کون ہے؟ اللہ۔ قرآن آندا وإن یمسسک اللہ بضر فلا کاشف لہ الا ہو، دکھ آئے، مصیبت آئے، پریشانی آئے، ٹینشن آئے، تہاڈے دکھاں نو ٹالن والا کون ہے؟ سارے نہیں بولے، بانہ کھڑی کر کے بولو، کون ہے؟ حضرات قرآن آندا ہے وَأَنَّهُ هُوَ أَضْحَكَ وَأَبْكَى، وہی اللہ رلاتا ہے، وہی اللہ ہساتا ہے، روان والا کون ہے؟ تے روندیاں نو چپ کران والا کون ہے؟ حضرات اے وکھو وکھ شکلاں نے، اے بنان والا کون ہے؟ بولو، کبھی خوشی کبھی غم، مرضیاں دا مالک کون ہے؟ اے دو تین جملے سن لو پھر گل اگے توریے۔ نہ ساری دنیا کو جیے، نہ ساری دنیا سونیے، نہ سارے چہرے ہسدے نے، نہ ہر ایک صورت رونیے، پیا بندہ پاویں کچھ کرے، جو ہونی ہے سو ہونی ہے، پنڈ دکھاں دی سر تے چا جس ٹونی ہے اس ٹونی ہے، ہے ایکو وال انگوراں دی، کچھ کھٹے نے کچھ میٹھے نے، واہ واہ میرے مولا تو اپنی قدرتاں دے کیا پیارے نقشے کٹے نے۔ تمام اختیارات دا مالک کون ہے؟ وما تشاؤون الا یشاء اللہ، جو بندہ چاہندا ہے او نہیں ہوندا، جو رب چاہندا ہے اوہی، جو رب چاہندا ہے۔ حضرات ادھر میری طرف ویکھے، اج کتے چہرے چوں چوں کردے نے، کتے رنگ ہی رہندے اڈے نے، واہ مولا تو اپنی قدرتاں دے کیا پیارے نقشے کٹے نے، ہاتھ لایا میلے ہندے کئی، کئی توے نالو بہتے کالے نے، کئی مارے ہوئے نصیباں دے، کئی بہتے ہی کرما والے نے، کتے لسی پین نو لب دی نہیں، کتے لسی پین نو لب دی نہیں، کئیاں کتے دودھی پالے نے، واہ مولا تو اپنی قدرتاں دے کیا پیارے نقشے کٹے نے۔ حضرات اگلی گل بھی دھیان سنیا جے، کتے کتے سونا 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 ہے، کتے سونا 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 ہے، کتے کناں وچ پانو والے نہیں، ہو کتے اگلے ڈنگ دی جڑدی نہیں، کتے اگلے ڈنگ دی جڑدی نہیں، کئی دیندے پھردے چھٹے نے، واہ مولا تو اپنی قدرتاں دے کیا پیارے نقشے کٹے نے۔ مرضیاں دا مالک کون ہے؟ بولو، تمام اختیارات دا مالک کون ہے؟ ان اللہ علی کل شیء قدیر۔ حضرات دکھ آئے، بیماری آئے، شفاواں دین والا، بیماریاں دین والا، اولاداں دین والا، روزیاں دین والا،
نفے نقصان دا مالک وعدے کاٹے دا مالک بولو کون گل ذرا دھیان نہ سنیا جی دکھ آئے بیماری آئے غم آن پریشانی آئے کیا کرنا امام کائنات دی سیرت ساڈے واسطے بہترین نمونہ آقا دی زندگی ساڈے لئی بہترین نمونہ ہے حضرات گل سنیا جی صحیح البخاری امام کائنات جناب محمد صلی اللہ علیہ وسلم میں قبرستان تو واپسی آ رہے نے جنازہ پڑھ کے یا قبرستان چوک کے واپسی آ رہے نے حضرت ابو سعید خدری نال نے رضی اللہ تعالیٰ عنہ میرے پاک پیغمبر دے سر دے اندر شدت دی تکلیف ہے آقا نے اج متھے تے کوٹ کے کپڑا بنے ہیں صافہ بنے ہوئے ہیں یہ صحیح البخاری جے حضرت ابو سعید اندر سنے ہو خیر کپڑا کوٹ کے بنے ہیں جے میرے پاک پیغمبر فرماندے نے ابو سعید یار اج مینوں بخار چڑھے ہے تے میرے سر دے اندر شدت دی تکلیف ہے ذرا ہاتھ لا کے چیک کرنا صحابی بیان کردا ہے میں نبی پاک دے متھے تے ہاتھ لایا شدید متھا گرم ہے بول کے آندا سنیو انج لگدا ہے جویں دوواں بندیاں جتنا تانوں بخار چڑھے ہے دوواں بندیاں جتنا بخار آقا فرماندے نے ابو سعید سچ کے آئی جویں کسے دا ایمان بہتا ہوندا ہے اویں ازمائشاں بھی بہتی ہوندیاں نے اس کائنات اندر سب نال اچا ایمان نبیاں دا پیغمبراں تے رسولاں دا اللہ دے نبی فرماندے نے ابو سعید واقعی اج مینوں دو بندیاں جتنا بخار چڑھے ہیں ایتھے ایک ہور صحیح البخاری دی روایت سنیا جے میرے پاک پیغمبر فرماندے نے جگہ دے پیر نے فرمایا ہے لوکو بخار نو مندا نہ بولیا کرو بخار نو برا پلا نہ کیا کرو اے اللہ پاک دی طرف ہوندا ہے جن دے رب گناہ معاف کرنا چاہندا ہے اونوں رب بیماریاں لا دیندا ہے آقا فرماندے نے بخار نو مندا نہ بولو جیندے دل اندر ایمان ہے اونوں ازمائش ضرور آئے گی جیڑا بندہ کہندا وی میرے تے کدے سر دے اندر وی پیڑ نہیں ہوئی مینوں کدے دکھ تکلیف نہیں ہوئی خدا دی قسم اونوں فکر کرنا چاہیے اونوں فکر کرنی چاہیے کہ دل اندر ایمان وی ہے کہ کوئی نہ آقا فرماندے نے صحیح البخاری جیندے دل اندر رائی دے دانے دے برابر بھی ایمان ہے اونوں دکھ تکلیفاں رب دی طرفوں ضرور آندیاں نے وَلَنَبْلُوَنَّكُمْ بِشَيْءٍ مِّنَ الْخَوْفِ وَالْجُوعِ وَنَقْصٍ مِّنَ الْأَمْوَالِ وَالْأَنفُسِ وَالثَّمَرَاتِ وَبَشِّرِ الصَّابِرِينَ حضرت یزدانی شہید رحمت اللہ علیہ جتھے لیٹے نے اللہ پاک کروڑا رحمتہ نازل فرمائے او فرمایا کر دے سن دنیا اندر تنگی دے وے تے خاص پیار یار پنجابی دی سمجھ آ جاندی ہاں ماشاءاللہ تانوں تے آنی چاہیے لوگ تہاڈے کول پنجابی سکھدے نے اللہ جاندا ہے دنیا اندر تنگی دے وے تے خاص پیار یار کافر فاسق ظالم لنڈے تے پھر دینی موج بہارا اے حضرت آدم کٹ بہش تے کئی سال رلایا دیکھو حضرت نور نبی نے تے کتنا دکھ اٹھایا چیر دتا زکریا تائی سر اتے رکھ کے آری ایوب نبی دے تن بیماری لائی ڈھیر مصیبت بھاری سبحان اللہ
ذات میں عرض کر رہے ہیں، لقد کان لکم فی رسول اللہ اسوۃن حسنا، امام کائنات دی زندگی ساڈے واسطے بہترین نمونہ ہے۔ میرے پاک پیغمبر دے غماں دا تذکرہ، آپ دے دکھڑیاں دے تذکرہ، حضرات میں زندگی دا کیڑا پہلو تواڈے سامنے پیش کراں؟ میرے پاک پیغمبر نو مکے اندر ستایا گیا، ظلم دے پہاڑ، کیڑا کیڑا دکھ بیان کراں لوکو، مجبور کر کے نبی پاک نو مکیوں کڈ دیتا گیا۔ آمینہ دے لال جناب محمد صلی اللہ علیہ وسلم، میرے پاک پیغمبر مکیوں نکلے، ہجرت کر کے مدینے پہنچے، حضرات میری طرف ویکھیا جے، جنگ احد اندر پیارے پیغمبر دے جان نثار شہید ہوئے، آپ دے چچا شہید، میرے پاک پیغمبر آنسو بہا رہے نے، آپ دے غماں دا آنسواں دا تذکرہ، حضرات میری طرف ویکھیا جے، پیارے پیغمبر دی بیٹی دے پیٹ اندر نیزے مارے گئے، کیڑا کیڑا دکھ بیان کراں؟ ادھر میری طرف ویکھیا جے، آمینہ دے لال جناب محمد صلی اللہ علیہ وسلم، نبی پاک مدینےوں صحابہ کرام دے نال نکلے، احرام بننے نے 13-1400 صحابہ نال، لبیک اللہم لبیک تلبیہ پڑھ دے احرام بننے، حضرات گل سنیا جے، اے میرے پاک پیغمبر نو خواب آئیے، آپ علیہ السلام نے صحابہ دی تیاری کرا کے مکے نو تر پے، مدینےوں مکے نو عمرہ کرن واسطے حدیبیہ والا عمرہ جدو سلو حدیبیہ ہوئی ہے، مدینے یوں نکل کے تردیاں تردیاں پل پل دی مکے والے کی چاندے نے، انہاں دا کی خیال ہے؟ میرے پاک پیغمبر نو پل پل دیاں رپورٹاں مل دیاں رہیاں، آقا رستے بدل دے رہے، سفر طے کر دیاں کر دیاں مقام ابوا آ جاندہ ہے، حضرات گل سنیا جے، صحیح مسلم اندر آندہ ہے، مقام ابوا جدو آیا ہے، امام کائنات جناب محمد صلی اللہ علیہ وسلم نے اللہ پاک اگے دعا کی تھی، میرے اللہ مینوں اجازت دےویں، مینوں اجازت دےویں، تے میں مقام ابوا آ گیا ہے، ایتھے میری ماں سیدہ آمینہ دی قبر ہے، میں اپنی امی دی قبر تے ہو لواں، یا اللہ مینوں اجازت دے دے، اجازت طلب کیتیاں اجازت مل گئی، میرے پاک پیغمبر مقام ابوا تے امی آمینہ دی قبر تے پہنچے نے، لوکو ادھر ویکھیا جے، میں کوئی 2-3 مرتبہ اس مقام تے گیا واں، جدوں مدینے نو جاندیاں 180 کلومیٹر غالباً اگے چوک آ جاندا ہے، کھبے پاسے پٹرول پمپ ہے، حضرات یہ مین روڈ تو سجے ہاتھ ایک سنگل روڈ نکلدا پیا ہے، سنگل روڈ تے جاؤ مربع 1.5 مربع، گاڑی نو روڈ تے کھڑی کر کے پہاڑی تے چڑھ جاؤ، کھبے پاسے دسن والے دستے نے اگے سفید چونے نال نشان لائے نے، دسن والے آندے نے لوکو اے نبی پاک دی ماں سیدہ آمینہ دی قبر، امام کائنات سیدنا عمر ابن خطاب رضی اللہ تعالیٰ نو دیگر ساتھی کو چاند نال نے میرے آقا اس قبر تے پہنچے، میرے آقا بہ جاندے نے، نبی پاک قبر تے ہاتھ پھیری جاندے، کدی ادھر تے کدی ادھر، تے آقا روئی جاندے نے پیغمبر دے آنسواں دا تذکرہ، نبی پاک دے دکھاں تے غماں دا تذکرہ، میرے آقا روئی جاندے آنسو بہائی جاندے، عمر ابن خطاب آندے نے محبوبہ اے کیندی قبر اے، کیوں روئی جاندے ہو، وجہ کی اے، کیوں اتنے غمزدہ پریشان ہو؟ آقا فرماندے نے عمر کیا تسا نہیں ہو جاندے، اے میری ماں سیدہ آمینہ دی قبر اے، اے میری ماں آمینہ دی قبر ہے، حضرات میری طرف ویکھیا جے، گل ذرا دھیان نہ سنیا جے، میرے مرشد پاک فرماندے نے اس جگہ تے میری امی مینوں جدائی دے گی، نبی پاک دی عمر کوئی 5-6 سال دی، ایک لونڈی جن دا نام برکہ ام ایمن آکھو رضی اللہ
منو نبی پاک نے بعد اندر آزاد کر دیتا زید بن حارثہ نہ نکاح ہویا ایک رب نے بیٹا دیتا جنہوں اسامہ بن زید کیا جاندہ ہے اے ایمن لونڈی نالے رسی اللہ تعالی عنہا دارو دوا ٹوٹ کے بڑے استعمال کیتے الہباد والے ہو گل سنیا جے میرے مرشد ماں نو افاقہ نہیں ہو رہا آقا فرما دینے سے آبیو میں اپنی امی دے کدے دائیں جانا وا کدے پائیں ننے ہتھا نہ دبا رہے ہاں ماں مینو چم کے متھا چم کے رخسار چم کے آندی وے بیٹے محمد صلی اللہ علیہ وسلم بیٹے اللہ تیری عمر اندر برکتاں پائے اللہ تیری عمر اندر برکتاں کرے اے بیٹے انج لگدا ہے میں تیریاں جوانیاں مانیاں نہیں ویکھ سکاں گی پترا جدو پیدا ہوئے ہیں باپ تیرا پہلا ہی چلا گیا اج لگدا ہے میں تیری ماں جدائیاں دے رہی ہیں تیریاں جوانیاں مانیاں تیریاں عظمتاں شاناں ویکھنیاں لگدا ہے سانو نصیب نہیں ماں رو رو کے دعاواں کری جاندی ہے آقا فرماندے نے اس جگہ تے میری امی بیٹھی رو رو کے دعاواں کر رہی عمر تیری وچ برکت ہوئے بہت دعا فرمائی عمر تیری وچ برکت ہوئے بہت دعا فرمائی اکھاں میریاں ہجروں رون تے نیند اجل دی آئی میرے مرشد پاک رو کے آندے نے مائے جیسے یتیم پردیسی واسطے دعاواں کر دی گئی ہے نیمائے اسے تیرے یتیم نو آج اللہ پاک نے پوری کائنات دا سردار بنا دیتا ہے نیمائے جس یتیم نو دیسوں پر دیس چھوڑ کے چلی گئی سے دعاواں دین دی گئی سے اللہ پاک ہے اسے تیرے یتیم نو پوری کائنات دا امام تے رہنما بنا دیتا ہے حضرات جدو میں اس مقام تے پہنچے ہیں دو چار ساتھی میرے نال اے جملے میں آستہ آستہ پڑھن لگ پے ہیں میں نو ایک میرا ویر آندا ہے حضرت جی جو پڑھی جاندے ہو ذرا اچھی سناؤ نا میں کہا سیدہ آمینہ دی قبر اے نبی پاک دی والدہ دی قبر ہے مینو پیغمبر دا بچپن یاد آ گئے ہیں آمدے نے ذرا سانو بھی جملے سناؤ اتھے میں دو تین جملے بھراواں نو سنائے یہ سارے میرے ویر جملے سن کے روندے سن پے بیٹھا رہ گیا کول میت پاک رسول الہی الہباد والے او موبائلاں دا دور نہیں گڈیاں دا دور نہیں نہ مکے والے دادگیاں نو پتہ ہے نہ مدینے والے نانکیاں نو پتہ ہے دیسوں پردیس پوری کائنات دا سردار یتیم ہو گیا ہے حضرات مقام ابوا بیٹھا رہ گیا کول میت پاک رسول الہی میت کول اکیلا روے چھم چھم ہنجو جاری اے مکہ دور تے دور مدینہ خیشاں خبر نہ کوئی وچ پردیش مقدر والی بات برابر ہوئی امیاں موت نہیں جے ویندی خدا دی قسمیں نہیں ویندی ماں تر گئی بچے یتیم ہو جان گے اے دیسو پردیس بچیاں دا کی بنے گا اے نبیاں دا نبی ہے امام کائنات ہے دو دو تار
ਤਾਜ ਮਿਲਣ ਵਾਲੇ, ਇੱਕ ਨਬੂਤ ਦਾ ਤਾਜ ਮਿਲਣ ਵਾਲਾ, ਦੂਜਾ ਖਤਮੇ ਨਬੂਤ ਦਾ ਤਾਜ ਮਿਲਣ ਵਾਲਾ। ਮਾਂ ਨੂੰ ਰੱਬ ਨੇ ਔਰ ਮੌਤ ਨੇ ਇਤਨੀ ਵੀ ਮੋਹਲਤ ਨਹੀਂ ਦਿੱਤੀ ਕਿ ਮੱਕੇ ਪਹੁੰਚ ਜਾਏ, ਦਾਦਾ ਜੀ ਦੇ ਕੋਲ ਪਹੁੰਚ ਜਾਏ ਜਾਂ ਜਵਾਨੀ ਨੂੰ ਪਹੁੰਚ ਜਾਏ। ਖੁਦਾ ਦੀ ਕਸਮ, ਜਿੰਦਾ ਜਿੱਥੇ ਰੱਬ ਨੇ ਟਾਈਮ ਲਿਖ ਦਿੱਤਾ ਹੈ ਉਹ ਬੜਾ ਹੈ, ਛੋਟਾ ਹੈ, ਨਬੀ ਹੈ, ਬਲੀ ਹੈ, ਜੋ ਵੀ ਹੈ, ਖੁਦਾ ਦੀ ਕਸਮ ਮੌਤ ਨੇ ਆ ਕੇ ਪੰਜੇ ਕੱਢ ਦੇਣੇ ਨੇ। ਉਹ ਇਮਾਮੇ ਕਾਇਨਾਤ ਮੇਰੇ ਔਰ ਤੁਸਾਂ ਦੇ ਪੀਰੋ ਮੁਰਸ਼ਦ ਮੁਹੰਮਦੁਰ ਰਸੂਲੁੱਲਾ ਸੱਲੱਲਾਹੁ ਅਲੈਹਿ ਵਸੱਲਮ ਬਚਪਨ ਅੰਦਰ ਯਤੀਮ ਹੋ ਗਏ, ਬਾਪ ਦਾ ਸਾਇਆ ਪਹਿਲਾਂ ਹੀ ਉੱਠ ਗਿਆ ਹੈ, ਦੇਸੋਂ ਪਰਦੇਸ ਮਾਂ ਵੀ ਬਹੁਤ ਹੋ ਗਈ। ਐਹੀ ਵਜ੍ਹਾ ਪੂਰੀ ਜ਼ਿੰਦਗੀ ਨਬੀ ਪਾਕ ਮਾਂ ਦੀ ਯਾਦ ਆਉਂਦੀ ਤੇ ਰੋਣ ਲੱਗ ਜਾਂਦੇ, ਮਾਂ ਦੀ ਮੁਹੱਬਤ ਨੂੰ ਯਾਦ ਕਰਕੇ ਰੋਇਆ ਕਰਦੇ। ਔਰ ਮਾਂ ਦੀਆਂ ਹਮ ਉਮਰ ਬੀਬੀਆਂ ਦਾ ਇਹਤਰਾਮ ਕਰਿਆ ਕਰਦੇ। ਖੁਦਾ ਦੀ ਕਸਮ ਹੈ, ਗੱਲ ਸੁਣੋ, ਮੇਰੇ ਮੁਰਸ਼ਦ ਪਾਕ ਆਪਣੀ ਬੀਵੀ ਸੈਯਦਾ ਖਦੀਜਾ ਰਜ਼ੀ ਅੱਲਾਹ ਤਾਲਾ ਅਨਹਾ ਦੇ ਕੋਲ ਬੈਠੇ ਨੇ, ਉਮਰ ਕੋਈ 27-28 ਸਾਲ ਦੀ। ਪੈਗੰਬਰ ਨੂੰ ਅਜੇ ਨਬੂਵਤ ਐਲਾਨੇ ਨਬੂਵਤ ਨਹੀਂ ਹੋਇਆ, ਇਹ ਨਬੂਵਤ ਮਿਲਣ ਤੋਂ ਪਹਿਲਾਂ ਦੀਆਂ ਬਾਤਾਂ। ਮੱਕਾ ਸ਼ਹਿਰ ਹੈ, ਤਵੱਜੋ ਮੇਰੀ ਤਰਫ ਰੱਖਿਆ ਜੇ, ਜ਼ਰਾ ਗੌਰ ਫਰਮਾਣਾ, ਮੈਂ ਦੱਸ ਰਿਹਾ। ਲਕਦ ਕਾਮ ਲਕੁਮ ਫੀ ਰਸੂਲਿਲਾਹਿ ਉਸਵਤੁਨ ਹਸਨਾ لمن كان يرجو الله واليوم الآخر وذكر الله كثيرا। ਨਬੀ ਪਾਕ ਦੀ ਪੂਰੀ ਜ਼ਿੰਦਗੀ ਸਾਡੇ ਲਈ ਬਿਹਤਰੀਨ ਨਮੂਨਾ। ਮੀਆਂ ਮੈਂ ਦੱਸਣਾ ਚਾਹੁੰਦਾ, ਪੈਗੰਬਰ ਦਾ ਬਚਪਨ ਵੀ ਬਿਹਤਰੀਨ ਨਮੂਨਾ, ਇਮਾਮੇ ਕਾਇਨਾਤ ਦਾ ਲੜਕਪਨ ਵੀ ਸਾਡੇ ਲਈ ਨਮੂਨਾ। ਇਮਾਮੇ ਕਾਇਨਾਤ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਜਵਾਨੀ, ਆਪ ਦਾ ਬੁਢਾਪਾ, ਆਪ ਦਾ ਸਫ਼ਰ ਕਰਨਾ, ਆਪ ਦਾ ਕਿਆਮ ਕਰਨਾ। ਹਜ਼ਰਾਤ ਮੇਰੀ ਤਰਫ ਵੇਖਿਆ ਜੇ, ਬੀਵੀ ਬੱਚਿਆਂ ਨਾ ਪੇਸ਼ ਜਾਣਾ, ਆਪਦੀ ਆਪਣੀ ਮਾਂ ਦੀ ਜੁਦਾਈ ਅੰਦਰ ਰੋਣਾ। ਪਰ ਮਾਂ ਦੀ ਹਮ ਉਮਰ ਖਵਾਤੀਨ, ਮੇਰੇ ਪਾਕ ਪੈਗੰਬਰ ਉਹਨਾਂ ਦਾ ਕਿਵੇਂ ਇਤਰਾਮ ਕਰਦੇ ਪਏ। ਮੇਰੇ ਤੇਰੇ ਮੁਰਸ਼ਦ ਪਾਕ ਦੀ ਪੂਰੀ ਜ਼ਿੰਦਗੀ ਸਾਡੇ ਲਈ ਬਿਹਤਰੀਨ ਨਮੂਨਾ। ਇਸ ਲਈ ਤੇ ਕਹਿਣਾ ਚਾਹੁੰਦਾ, ਸਾਨੂੰ ਤੇ ਲੋੜ ਕੋਈ ਨਹੀਂ ਲੱਭ ਕੇ ਲਿਆਂਦੀ, ਅੱਲਾ ਕਮੀ ਛੱਡੀ ਕੋਈ ਨਹੀਂ ਸੋਹਣੇ ਨੂੰ ਬਣਾਉਂਦੀ। ਸਾਡੀਆਂ ਤੇ ਲੋੜਾਂ ਥੋੜਾ ਮਦਨੀ ਮੁਕਾ ਗਿਆ, ਤਿੰਨੀ ਦੁਨਿਆਵੀ ਗੱਲਾਂ ਸਭੇ ਸਮਝਾ ਗਿਆ। ਲੋੜ ਨੀ ਸੂ ਰਹਿਣ ਦਿੱਤੀ ਉਰਾਂ ਪਰਾਂ ਜਾਂਦੀ, ਜੱਗ ਵਿੱਚ ਧੁੰਮ ਪੈ ਗਈ ਨਬੀ ਸੁਲਤਾਨ ਦੀ। ਇਮਾਮ ਕਾਇਨਾਤ ਸੱਲੱਲਾਹੁ ਅਲੈਹਿ ਵਸੱਲਮ ਸੈਯਦਾ ਖਦੀਜਾ ਆਖੋ ਰਜ਼ੀ ਅੱਲਾ ਬੋਲੋ ਰਸੀ ਅੱਲਾਹ ਤਾਲਾ ਅਨਹਾ ਦੇ ਕੋਲ ਬੈਠੇ, ਮੀਆਂ ਬੀਵੀ ਦੋਨੋਂ ਮਹਿਵੇ ਗੁਫ਼ਤਗੂ ਨੇ। ਨੌਜਵਾਨੋ ਬਾਬਿਓ, ਗੱਲ ਧਿਆਨ ਨਾ ਸੁਣਿਆ ਜੇ, ਬਾਹਰੋਂ ਦਰਵਾਜ਼ਾ ਖਟਕੇ ਆਏ, ਬਾਹਰੋਂ ਦਰਵਾਜ਼ਾ ਖਟਕਿਆ, ਆਵਾਜ਼ ਮਾਰਨ ਵਾਲੀ ਵਡੇਰੀ ਉਮਰ ਦੀ ਕੋਈ ਬੀਬੀ ਅੰਮਾ, ਇਹਨੇ ਆਵਾਜ਼ ਮਾਰੀ, ਇਹ ਬੇਟੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਏ ਬੇਟੇ ਮੁਹੰਮਦ। ਮੇਰੇ ਪਾਕ ਪੈਗੰਬਰ ਦੇ ਕੰਨਾਂ ਦੀ ਅੰਦਰ ਆਵਾਜ਼ ਪਹੁੰਚੀ, ਇਮਾਮੇ ਕਾਇਨਾਤ ਜਲਦੀ ਨਾਲ ਯੱਕ ਲਖਤ ਉੱਠੇ। ਅਚਾਨਕ ਮੇਰੇ ਪੈਗੰਬਰ ਦੇ ਕੰਨਾਂ ਦੇ ਅੰਦਰ ਆਵਾਜ਼, ਜਿਵੇਂ ਬੈਠੇ ਨੇ ਇਮਾਮੇ ਕਾਇਨਾਤ, ਉੱਠ ਕੇ ਜਲਦੀ ਨਾਲ ਦਰਵਾਜ਼ੇ ਤੇ ਪਹੁੰਚ ਗਏ। ਸੈਯਦਾ ਖਦੀਜਾ ਵੇਂਦੀਆਂ ਨੇ ਇਤਨੀ ਜਲਦੀ, ਆਕਾ ਦਰਵਾਜ਼ੇ ਤੇ ਪਹੁੰਚੇ। ਸੈਯਦਾ ਖਦੀਜਾ ਫਰਮਾਉਂਦੀਆਂ ਨੇ, ਸੁਣਿਓ ਕੀ ਗੱਲ ਇਤਨੀ ਜਲਦੀ ਦਰਵਾਜ਼ੇ ਤੇ ਦੌੜ ਕੇ ਜਾ ਰਹੇ ਹੋ? ਖੈਰੀਏ, ਆਮੀਨਾ ਦੇ ਲਾਲ ਫਰਮਾਉਂਦੇ ਨੇ ਸੱਲੱਲਾਹੁ ਅਲੈਹਿ ਵਸੱਲਮ, ਆਕਾ ਫਰਮਾਉਂਦੇ ਨੇ, ਖਦੀਜਾ ਦਰਵਾਜ਼ਾ ਕੱਟ ਗਿਆ, ਆਵਾਜ਼ ਆਈ ਏ, ਮੈਨੂੰ ਇੰਜ ਲੱਗਦਾ ਹੈ ਜਿਵੇਂ ਮੇਰੀ ਸੱਕੀ ਮਾਂ ਆਮੀਨਾ ਕਬਰਾਂ ਚੋਂ ਉੱਠ ਕੇ ਮੇਰੇ ਦਰਵਾਜ਼ੇ ਤੇ ਆ ਗਈ ਹੋਏ, ਇੰਜ ਲੱਗਦਾ ਜਿਵੇਂ ਮੇਰੀ ਮਾਂ ਮੇਰੇ ਬੂਹੇ ਤੇ ਆਈ ਏ, ਮੇਰੀ ਅੰਮੀ ਨੇ ਮੈਨੂੰ ਆਵਾਜ਼ ਮਾਰੀ।
آئی ہے میری ماں قبروں چوٹ کے دروازے تے آ گئی ہے جگان دے پیر جناب محمد صلی اللہ علیہ وسلم نے دروازہ کھولے ہیں بار ایک وڈیری عمر دی بی بی کھڑی ہے بڑی جی اممہ چہرے تے سلوٹاں پئیاں وڈیری عمر دی بی بی آقا فرماندے نے اممہ نی بی بی کون ہے تو کتھوں آئی ہے اج تک میں تینو مکے اندر نہیں ویکھیا کینوں ملن آئی ہے اے بی بی آندی ہے محمد صلی اللہ علیہ وسلم اے میرے بیٹے پتر رج کے مینو تیرا نورانی مکھڑا ویکھ لین دے میں تار بھی تینو جلدی کرا دینی ہاں مینو اپنے پتر دا چہرہ تے رج رج ویکھن دے اے نالے ویکھی جاندی نالے روئی جاندی رو کے آندی اے وے بیٹے محمد کیا تو مینو نہیں ہو پہچانیا سنیو میں تواڈی دودھ دی رضائی ماں حلیمہ رضی اللہ تعالیٰ نہ میں تواڈی دودھ والی ماں حلیمہ سونے ہوں بچپن اندر تسا میرے کل پروش پائی میں دو سال تو انو چھاتی دا دودھ پلایا ہے دو سال مزید تسا میرے کورے میرے آقا پہچان لیا روئی جام دے ماں دا ہاتھ پھڑ کے چمی جام دے نے آقا فرمان دے نے مائے اندر تشریف لے آؤ نبی پاک نے اپنی چادر اتار کے زمین تے بچھا دیتی ہے ماں حلیمہ نو نبی پاک نے اپنی چادر تے بٹھایا ہے نہیں اممہ بے جاؤ میری چادر تے آقا کھول بے گئے ہاتھ پھڑ کے ماں دا چمی جام دے نے فرمایا اممہ تواڈی طبیعت کیسی ہے نہیں مائے دس تیرا کی حال ہے پین شیمہ دا کی حال ہے پر عبداللہ دا کی حال ہے حضرات کل سنیا جے ایک گفتگو میرے پاک پیغمبر کری جام دے نے تے آقا فرمان دے نے مائے بڑے مدتان دے بعد آئیے میں تینو جلدی نہیں جان دینا میں تیریاں خدمتاں کرنیاں نے میں مہمان نوازیاں کرنیاں میرے کل چند دن رو تے پوچھے امائے کی حال علاقے دا سیدہ حلیمہ روئی جاندیاں نے رسی اللہ تعالیٰ نہ رو کے آندیاں نے بیٹے محمد صلی اللہ علیہ وسلم سونے ہو جدو تو بچپن اندر کے آسیں برکتائیں برکتائیں رحمتائیں رحمتائیں ہو گئیاں تے تو جدو واپسی آئے ساریاں برکتائیں واپسی چلیاں گئیاں نے وے میرے بیٹے کئی کئی دن خدا دی قسم چلے اندر آگ نہیں بل دی مدتاں گزر گئیاں ساٹھے علاقے اندر کدے بارش نہیں آئی کہت سالیاں پہ گئیاں تیری پین شیمہ پکان دی وجہ نال ہڈیاں دا ٹانچہ بن چکی ہے تیرا ویر عبداللہ پک دی وجہ نال ہڈیاں دا ٹانچہ بن چکی ہے اے بیٹے محمد میں تیری ماں دودھ والی رضائی ماں مجبوریاں دی ماری آئیاں دکھان دی ستائی آئیاں میں مجبور ہو کے غربت دی ستائی فاقیاں نال دو چار اے بیٹا سائل بن کے آئیاں میں کچھ لین آئیاں کوئی آٹا دانا سوال کرنا آئیاں اناج واسطے آئیاں میں مجبور ہو کے آئیاں ہو سکتا ہے میں نہ ہوں دی لیکن میں نو مجبوریاں نے پریشان کر دیتا غربت نے ستا دیتا میں سوچے اپنے پتر دی زیارت کر رہا ہوں کوئی آٹا دانا کوئی اناج اپنے بیٹے کو لو سوال کر کے اناج لے ہوں امام کائنات جناب محمد صلی اللہ علیہ وسلم ماں حلیمہ دے دکھڑے تے غم سن کے مرشد پاک روئی جاندے نے فرماندے نے مائے گھبرانا نہیں ہو اپنے پتر کو لائیں گے میں جن جوگا ہوں گا ضرور خدمت کراں گا سیدہ خدیجہ آئیاں رضی اللہ تعالیٰ نہ آندیاں نے سونے ہو اے وڈیری عمر دی بی بی کون ہے فرمایا خدیجہ اے میری ماں ہے حلیمہ انہیں میں نو دو سال چھاتی دا دودھ پلایا ہی نی خدیجہ گل سن لے اس میری ماں دے میرے تے بڑے احسان نے انہیں میرے تے بڑے احسان کی دے ہی ہو سکے تے میری ماں دی کچھ خدمت کر دے ہی حضرات نبی پاک فرمان دینے مائے ایتھے میرے کل چند دن مہمان بن کے رہے ہفتہ ڈیڑھ ہفتہ ماں حلیمہ رہیاں ایک دن آن دیاں نے بیٹے محمد
सल्लल्लाहु अलैहि वसल्लम ए मेरे लाल ए मेरे बेटे काफी दिन हो गए ने पीछे पता नहीं की मामला बनया होएगा बेटे इजाजत देवे ते मैं अपने कबीले अपने घर वापसी जाना चाहती मेरे तेरे पाक पैगंबर सल्लल्लाहु अलैहि वसल्लम फरमांदे ने माए ठीक है नबी पाक ने कपड़ियां दा बंदोबस्त कीता चादरां दा बंदोबस्त फरमाया नी अम्मा ऐ मैं तेरे वास्ते कपड़ियां दा जोड़ा लेके आया ऐ खुद जेब तन करना ही ऐ चादर ही नी अम्मा ऐ चादर तू खुद इस्तेमाल करनी ऊपर ले लवी नबी पाक हफ्ता डेढ़ हफ्ता जितनी देर मां हलीमा रही है रोजाना खाने दावत अपनी मां की खिदमत की आका फरमांदे ने जद मां हलीमा ने आवाज मारी मैनू इंज लगता सी जिवें मेरी सकी मां आमिना बुए ते आ गई होए मेरे आका अलविदा करदे आ कपड़िया के जोड़े चादर दे रहे ने नाल फरमाया माए ऐ एक चादर ते ऐ कपड़िया के जोड़े मेरी भैन शीमा नू मेरी तरफों तोहफा दे दी ऐ मैं अपनी भैन शीमा वास्ते लेके आया ऐ समान वीर अब्दुल्ला वास्ते लेके आया और खुदा दी कसम इत्थे इलाहाबाद वालियो मां जमिया भैणां दे सरां तू असां दुपट्टे ला लैने आ वेख जिस नबी दा कलमा पड़िया जे खुदा दी कसम उस मुर्शिद पाक दी जिंदगी साडे लई बेहतरीन नमूना है अपनी भैन शीमा नू चादरां कपड़े गिफ्ट तोहफे भेज रहे ने इत्थे सकियां मां जमिया साडे बूए ते आन ते रो के जांदियां ने सकियां मां जमियां नो असा रोआ के नाराज करके भेजदे आं असियां सकी मां जमियां भैणां दी जमीनां जायदादां ते कब्जा करने आं विरासत विचों हिस्सा नहीं हों दिंदे सुनो नौजवानो बाबिओ ओ भैण भी मजबूर है ते आंदा मौलवी जी की करां भैण ने मुआफ कर दित्ता तौबा अल्लाह मेरी तौबा आंदा भैन ने विरासत मुआफ कर दी है हमेशा भैणा ही मुआफ कर दिया ने मैनू दसो कदे भरा भी कदे मुआफ करते ने भैन नू अपने हिस्से की दुकान भैन नू दे के कहन तेनू मुआफ किया लियाओ मैनू एक मिसाल ही कि तू लिया के विखा दो हमेशा मजबूर करके ये जी भैणा मुआफ कर गई ने उन्हें मुआफ नहीं हो किया मैं भी जानना तू ही जानना मजबूर करके असा विरासत ले लीए भैन नू पता है अगर मैं विरासत का मुतालबा करांगी तो मेरा भरा मैनू मेरे नाल मरण जीवन मुका देवेगा ये मरण जीवन खत्म कर देवेगा मां जम्मी भैन नू पूरी जिंदगी बूहे ते नहीं चलन देवेगा जे गलती नाल भैन विरासत की गल करे आंदा है मैं मर जावा ते मेरा मुंह वेखन वास्ते तू ना आई और खुदा की कसम इत्थे मां जम्मिया नू सताना है मां जम्मिया नू रोआना बहन तलाक हो गई है तू बहन नु तलाक दे ताने देना है उंदा खावन फौत हो गया बेवा हो गई है तू मां जमी बहन नु बेवगी दे ताले ताने देना है खुदा दी कसम इना पैणा ना हुस्न सलूक करया कर इना दी खिदमत करया कर इमाम कायनात फरमांदे ने जेड़ा तो पैणा मां जमिया पैणा दी खिदमत करदा है कल कयामत दा दिन होएगा अल्लाह पा केंदे ते जहन्नम दी अग नूं हराम कर देवेगा मेरे ओ बाबे ओ बेटियां दी विरासत नजायज तरीके नाल ना खाया जे मेरे ओ वीरो भैणां दा हक ना खाया जे खुदा दी कसम वल तल सुर लफ़्ज़ मा कदमत लीगल उते पुछिया जाना है उते हिसाब किताब होना है पाई पाई राई राई दा हिसाब होना है कबर तू डर जा हशर तू डर जा इन्नी माणी प्रदेशना नाल सियासी ना करया कर मेरे वीर ने गल कही फलां गल ओ फलां वाकया जरूर सुनाया जे हुण गल आ गई है सुन लो ए सिंध दा वाकया है एक वडेरा फौत होया है हजरात पांच मुरब्बे जमीन है पांच पुत्र ने ते एक बेटी है जिंदगी अंदर पुत्रां दे नाम जमीन ला दित्ती आंदा पुत्रो गूठे लवा लो मेरे मरण दे बाद तुहाडी भैण तुहाडे ते केस करके जमीन चो हिस्सा ना ले लवे भैन तू बेटी तू चोरी चोरी पापने वीरा ने भैन तू चोरी जायदाद अपने नाम लुआ लईए खैर जदू भैन नू पता लगा उस बेटी नू
पता लगे रो के आंदी है बाबा मैं फिर भी तुहाडे ते राजी वीरो मैं फिर भी तुहाडे ते राजी अल्लाह मेरे वीरां दी खैर होवे मेरे अबू दी खैर होवे सुनिया जे तियां नल चंद दिन गुजरे ए बाप फौत हो जांदा अबू फौत हो गया किसे कहया नहीं बेटी ए तेरे अबू फौत हो गया ई ए निमाणी रोंदी रोंदी अपने अबू दे दीदार लई करे आई है तुहानू पता है बेटियां भावें 100 मील होए 10 मील होए मापियां दा दुख बर्दाश्त नहीं सारा सफर रो रो के वक्त गुजारिया अबू दे आखरी दीदार ली आई इधर जनाजे दा टाइम हो जांदा है सुनिया जे जरा खौर नाल जनाजा घरों चुकिया गया जनाजगा पहुंचाया गया अम्मीया गल जरा तवज्जो ना सुनिया जे मौलाना साहब आंदे ने लोको सफा सिद्धियां कर लो जनाजे दा टाइम सफा बन गई है कारी साहब आंदे ने मौलाना साहब आंदे ने किसे लैन देन हिसाब करना है कोई कर्जा लैन देन दसो वरना जनाजा तैयार है एक बंदा पहली सफ विचों अगे आया पहली सफ विचों एक बंदा अगे आया आके मैयत वाली चार पाई नू पकड़ लेंदा है आंदा है मौलाना इंदा मैं जनाजा नहीं होन देना मौलाना दिन वही गल की है इन्हें बैंकां दे चेक कटे इन्हें गवाह पेश कीते लोको मैं मरण वाले कुल 30 लाख कर्जा लेना है कर्जा कौन देवेगा हामी भर लो वादा कर लो बाद जनाजा होएगा वरना जनाजा नहीं होएगा मौलाना साहब आंदे ने पुत्र किथे ने पुत्रा सुनिया है 30 लाख रुपए पिछा नू दौड़ा ला दितियां आंदियां आंदे ने सानू केड़ा पुछ के कर्जा दिता सू अबे ने केड़ा पुछ के लिया सी ये देन वाला जाने ते लैन वाला जाने असा ते मरला नहीं देना पुत्र जनाजा छड़ के दौड़ गए आंदे ने असा रुपया नहीं देना तमाशा बन गया वो बंदा कहन लगा फिर जनाजा मैं नहीं होन देवांगा हजरात कौन अगे हामी परे तमाशा बन गया महल्ले अंदर गलियां बाजार अंदर हजरात गल्लां फैल गईयां जनाजा डक लिया गया एक बंदा दौड़ के घरे पहुंचे है किसे बीबियां औरतां नूं दसिया बेटी नूं दसिया नी बेटी ए तेरे अबू दे जनाजे नूं डक लिया गया ई तेरे बाप दे जनाजे नूं एक बंदे ने डक लिया वो जनाजा नहीं होंदे रिहा वो कही जांदा मैं 30 लाख लेना है ते तेरे मां जम्मे भरा तोड़ गए ने भरा नस गए ने बेटी ने गल सुनी जल्दी नाल दुपट्टा लिया लोको इन्हें पर्दा कीता नकाब कीता इथों दौड़ पई दौड़दियां जल्दी जल्दी काली काली जनाजगा दे अंदर पहुंचीए हजरात जदों जनाजगा अंदर पहुंची लोगों का जमघटा रश लगा बेटी जांदे आई मौलाना साहब नूं आंदी मौलाना ओ कौन बंदा जिन्हें मेरे अबू दे जनाजे नूं रोके आए गल की है मौलाना साहब आंदे ने बेटी ऐ बंदा बैंकां दे चेक दिखाई जांदा है गवाह पेश कर रहे हैं 30 लाख इन्ने तेरे अबे कोल कर्जा लेना है ये आंदा कर्जा कौन देवेगा वादा करो हामी भर लो बाद जनाजा होएगा भरा तेरे नस गए जवाब दे गए असा की कर करन जो गए हां बतेरे तरले कर रहे हैं मन दा नहीं पिया ते आंदा पहले वादा करो हामी भरो ते बेटी ने इंज हजरात अपने मकान दियां चाबियां दा गुच्छा कटिया ते आंदी मौलाना ऐ मेरे मकान दियां चाबियां ने इस वक्त मेरा मकान काबा दे रब दी कसम 40 लख रुपए दा है उंदा रेट 40 लख है ऐ चाबियां ले लो इस कर्जा लैण वाले नु दे दियो इनु कहो ऐ मेरे मकान दियां चाबियां ले लवे खुदारा मेरे अबू दी मैयत दा तमाशा ना बनाए मेरे बाबे दे जनाजे नु खराब ना करे मौलाना इनु पुछो अगर अजे भी इंदा कर्जा पूरा नहीं होया मैनू मुल दे देवे मैनू औलाद बेचनी पई बच्चे बेचने पे सब कुछ बेच के अपने अबू दा पाई पाई कर्जा उतार देंगी अम्मिया जिनू विरासत नहीं दिती विरासत दा हक आप खा लिया ओही बेटी अज अबू दे जनाजे पड़ा रही है
ਤੇ ਜਿਨ੍ਹਾਂ ਵਿਰਾਸਤ ਵੰਡੀ ਉਹ ਜਨਾਜ਼ਾ ਛੱਡ ਕੇ ਨੱਸ ਗਏ। ਇਸੇ ਲਈ ਇੱਥੇ ਆਪਣੇ ਦਿਲ ਦਾ ਦੁੱਖ ਤੇ ਦਰਦ ਬਿਆਨ ਕਰਨਾ ਚਾਹੁੰਦਾ। ਧੀਆਂ ਘਰ ਮਾਪਿਆਂ ਦੇ ਰਹਿਮਤਾਂ ਨੇ ਹੁੰਦੀਆਂ ਧੀਆਂ ਘਰ ਮਾਪਿਆਂ ਦੇ ਰਹਿਮਤਾਂ ਨੇ ਹੁੰਦੀਆਂ ਮਾਪਿਆਂ ਨੂੰ ਦੁੱਖ ਆਏ ਬੁੱਕ ਬੁੱਕ ਨੇ ਰੋਂਦੀਆਂ ਧੀਆਂ ਘਰ ਮਾਪਿਆਂ ਦੇ ਰਹਿਮਤ ਸਮਝ ਕੇ ਮਾਪੇ ਬੇਟੀ ਰੀਝਾਂ ਨਾਲ ਪਾਲਦੇ ਇੱਜ਼ਤ ਤੁਕੀਰ ਹੁੰਦੀ ਰੱਖਦੇ ਸੰਭਾਲ ਕੇ ਮਾਪਿਆਂ ਦਾ ਘਰ ਝੱਟ ਵੀਰਾਂ ਦਾ ਵਿਹੜਾ ਝੱਟ ਮਾਪਿਆਂ ਦਾ ਘਰ ਝੱਟ ਇੱਕ ਦਿਨ ਟੁਰ ਜਾਂਦੀਆਂ ਧੀਆਂ ਘਰ ਮਾਪਿਆਂ ਦੇ ਅਮਾਨਤਾਂ ਹੁੰਦੀਆਂ ਧੀਆਂ ਘਰ ਮਾਪਿਆਂ ਦੇ ਦੁੱਖ ਨਾ ਦੇਵੀ ਅੱਲਾ ਕਿਸੇ ਨੂੰ ਵੀ ਧੀਆਂ ਦੇ ਆਮੀਨ ਕਹੋ ਫਿਰ ਉੱਚੀ ਜ਼ਰਾ ਆਮੀਨ ਕਹੋ ਯਾ ਅੱਲਾ ਬੇਟੀਆਂ ਧੀਆਂ ਦੇ ਮੁਕੱਦਰ ਨਸੀਬ ਅੱਛੇ ਬਣਾ ਦੁੱਖ ਨਾ ਦੇਵੀ ਅੱਲਾ ਕਿਸੇ ਨੂੰ ਵੀ ਧੀਆਂ ਦੇ ਪੁੱਛੋ ਉਹਨਾਂ ਲੋਕਾਂ ਨੂੰ ਜਿਹੜੇ ਦੁਖੀ ਇਹਨਾਂ ਧੀਆਂ ਦੇ ਪੈਰ ਬੂਹੇ ਪਾਉਂਦੇ ਆਈ ਪੈਰ ਬੂਹੇ ਪਾਉਂਦੇ ਆਈ ਅਥਰੂ ਵਹਾਂਦੀਆਂ ਧੀਆਂ ਘਰ ਮਾਪਿਆਂ ਦੇ ਰਹਿਮਤਾਂ ਹੁੰਦੀਆਂ ਧੀਆਂ ਘਰ ਮਾਪਿਆਂ ਦੇ ਹਜ਼ਰਾਤ ਬਹਾਦੁਰ ਨਾ ਚਲੀ ਜਾ ਮੇਰੀ ਤਰਫ ਵੇਖਿਆ ਜੇ ਖੁਦਾ ਦੀ ਕਸਮ ਬੇਟੀਆਂ ਨਿਮਾਣੀਆਂ ਇਹਨਾਂ ਦਾ ਹੱਕ ਨਾ ਖਾਇਆ ਜੇ ਭੈਣਾਂ ਦੇ ਨਾਲ ਜ਼ੁਲਮ ਜ਼ਿਆਤੀ ਨਾ ਕਰਿਆ ਜੇ ਖੁਦਾ ਦੀ ਕਸਮ ਜਦੋਂ ਈਦ ਆਏ ਖੁਸ਼ੀ ਦਾ ਮੌਕਾ ਹੈ ਕੋਈ ਭਰਾ ਕੋਈ ਦੋ ਸੇਵੀਆਂ ਦੇ ਲਿਫਾਫੇ ਕਿਲੋ ਚੀਨੀ ਦੋ ਕਿਲੋ ਘੀ 1500 ਰੁਪਏ ਕੱਪੜਿਆਂ ਦਾ ਜੋੜਾ ਆਪਣੀ ਭੈਣ ਨੂੰ ਭੇਜ ਦੇਵੇ ਤੋਹਫਾ ਗਿਫਟ ਇਹ ਮਾਂ ਚੰਮੀ ਭੈਣ ਪੂਰੇ ਮਹੱਲੇ ਅੰਦਰ ਦਿਖਾਉਂਦੀ ਫਿਰਦੀ ਹੈ ਨੀ ਬੀਬੀ ਉਹ ਨੀ ਸਹੇਲੀ ਉਹ ਇਹ ਲੜਕੀ ਇਹ ਬਹਿਣ ਆਪਣੀਆਂ ਸਹੇਲੀਆਂ ਨੂੰ ਆਉਂਦੀ ਵੇਖੋ ਮੇਰੇ ਮਾਂ ਜੰਮੇ ਵੀਰ ਨੇ ਮੈਨੂੰ ਈਦਾਂ ਭੇਜੀਆਂ ਨੇ ਹਜ਼ਰਾਤ ਭੈਣਾਂ ਨਾਲ ਹੁਸਨੇ ਸਲੂਕ ਕਰਿਆ ਕਰੋ ਇਹ ਨਜਾਤ ਦਾ ਜ਼ਰੀਆ ਹੈ ਕਾਬਾ ਦੇ ਰੱਬ ਦੀ ਕਸਮ ਅੱਜ ਮੈਂ ਬਾਹਾਂ ਨਹੀਂ ਖੜਾ ਕਰਾਉਣਾ ਬਾਹਾਂ ਨਹੀਂ ਖੜਾ ਕਰਾਉਣਾ ਚਾਹੁੰਦਾ ਦਿਲ ਦਿਲ ਨਾਲ ਇੱਕ ਮੇਰੇ ਨਾਲ ਵਾਅਦਾ ਕਰੋ ਜਿਤਨੀਆਂ ਮਾਂ ਜੰਮੀਆਂ ਭੈਣਾਂ ਨਾਰਾਜ਼ ਨੇ ਅੱਜ ਜਾ ਕੇ ਉਹਨਾਂ ਨੂੰ ਮਨਾਵਾਂਗੇ ਕੋਈ ਇਨਸ਼ਾਅੱਲਾ ਤੇ ਅਹਿਦ ਕਰ ਲਓ ਸਾਡੇ ਬੱਚੇ ਹਜ਼ਾਰਾਂ ਖਾ ਜਾਂਦੇ ਨੇ ਲੱਖਾਂ ਰੁਪਏ ਅਸਾਂ ਮਹੀਨੇ ਦੇ ਖਰਚ ਕਰਨੇ ਆ ਬੈਗ ਆਲਾ ਸੂਟ ਆਲਾ ਵਰਦੀਆਂ ਤੇ ਜਰਸੀਆਂ ਆਲਾ ਅਸਣੀ ਅਸੀਂ ਆਪਣੀ ਭੈਣ ਨੂੰ ਮਹਾਨਾ ਦੋ ਮਹੀਨੇ ਜਾਂ ਡੇਢ ਮਹੀਨੇ ਬਾਅਦ ਕੁਝ ਨਾ ਕੁਝ ਖਰਚਾ ਕੋਈ 2-4 ਹਜ਼ਾਰ ਕੋਈ 500 ਹਜ਼ਾਰ ਖਰਚਾ ਜ਼ਰੂਰ ਭੇਜਾਂਗੇ ਜਦੋਂ ਵੀ ਭੈਣ ਨਾਲ ਮੁਲਾਕਾਤ ਕਰਨੀ ਮਾਂ ਜੰਮੀ ਕੋ ਜਾਣਾ ਕੁਝ ਨਾ ਕੁਝ ਗਿਫਟ ਦੇਣਾ ਜ਼ਰਾ ਵਾਅਦਾ ਕਰੋ ਕਹਿ ਦਿਓ ਇਨਸ਼ਾਅੱਲਾ ਅੱਜ ਤੋਂ ਬਾਅਦ ਭੈਣ ਨੂੰ ਨਾਰਾਜ਼ ਨਹੀਂ ਕਰਨਾ ਮੇਰੇ ਮੁਰਸ਼ਦ ਪਾਕ ਫਰਮਾਉਂਦੇ ਨੇ ਮਾਂ ਹਲੀਮਾ ਐ ਮੈਂ ਤੇਰੇ ਲਈ ਕੱਪੜਿਆਂ ਦਾ ਜੋੜਾ ਲੈ ਆਇਆ ਹਜ਼ਰਤ ਖੁਦਾ ਦੀ ਕਸਮ ਇੱਥੇ ਲੋਕ ਸੱਕੇ ਮਾਂ ਬਾਪ ਨੂੰ ਕੱਪੜਿਆਂ ਦੇ ਜੋੜੇ ਨਹੀਂ ਲੈ ਕੇ ਦਿੰਦੇ ਬਾਪ ਬਿਮਾਰ ਹੋ ਜਾਏ ਦਾਰੂ ਦਵਾ ਨਹੀਂ ਲੈ ਕੇ ਦਿੰਦੇ ਅੱਬੂ ਬਿਮਾਰ ਏ ਇਹ ਮੁੰਡੇ ਨੌਜਵਾਨ ਦੇ ਕਾਰੋਬਾਰ ਹੀ ਨਹੀਂ ਮੁੱਕਦੇ ਇਹਦੀ ਮਸਰੂਫੀਅਤ ਹੀ ਨਹੀਂ ਖਤਮ ਹੁੰਦੀ ਅੰਮੀ ਬਿਮਾਰ ਏ ਦਾਰੂ ਦਵਾ ਵਾਸਤੇ ਟਾਈਮ ਕੋਈ ਨਹੀਂ ਅਵਲ ਪੈਸੇ ਕੋਈ ਨਹੀਂ ਜੇ ਪੈਸੇ ਹੈ ਨੇ ਤੇ ਟਾਈਮ ਕੋਈ ਨਹੀਂ ਮੇਰੇ ਮੁਰਸ਼ਦ ਪਾਕ ਨੇ ਦੁੱਧ ਦੀ ਰਜ਼ਾਈ ਮਾਂ ਦੀ ਖਿਦਮਤ ਦਾ ਮੁੱਲ ਪਾਇਆ ਆਕਾ ਫਰਮਾਉਂਦੇ ਨੇ ਕੱਪੜਿਆਂ ਦੇ ਜੋੜੇ ਅੰਮਾ ਤੇਰੇ ਲਈ ਇਹ ਚਾਦਰਾਂ ਤੇਰੇ ਲਈ ਇਹ ਚਾਦਰ ਭੈਣ ਸੀਮਾ ਲਈ ਇਹ ਚਾਦਰ ਮੇਰੀ ਭੈਣ ਸੀਮਾ ਲਈ ਇਹ ਕੱਪੜਿਆਂ ਦਾ ਜੋੜਾ ਦੁੱਧ ਵਾਲੀ ਰਜ਼ਾਈ ਭੈਣ ਸੀਮਾ ਲਈ ਤੇ ਮੇਰੇ ਪਾਕ ਪੈਗੰਬਰ ਤੋਹਫੇ ਦੇ ਰਹੇ ਨੇ ਸੈਯਦਾ ਖਦੀਜਾ ਆਈਆਂ ਆਂਦੀਆਂ ਨੇ ਸੋਹਣਿਓ ਇਹ 40 ਬੱਕਰੀਆਂ ਮੈਂ ਲੈ ਕੇ ਆਈਆਂ
غلام آرڈر کیتا 40 بکریاں گئیاں، اے تواڈی ماں حلیمہ لئی میری طرفوں 40 بکریاں تحفہ نے۔ نال اماں جی خدیجہ فرماندیاں نے، سونےو ایک اونٹ غلے نہ لدیا، سامان آٹا دانا اناج نہ لدیا ہویا، ایک اونٹ دے رہیاں نال 40 بکریاں دے رہیاں۔ میرے پاک پیغمبر جناب محمد صلی اللہ علیہ وسلم، او مابیاں والے او گل سنیاں جے، نبی پاک دی پوری زندگی ساڈے لئی بہترین نمونہ ہے۔ میرے پاک پیغمبر ماں حلیمہ نو اونٹ اونٹ تے بٹھایا ہے، مکیوں الوداع کردے پینے تے آقا رو کے اندے نے، مائے میرے نال وعدہ کر، اے اناج جدو مک جائے اپنے بیٹے محمد کول دوبارہ ضرور آئیں گی۔ نی مائے اللہ دا واسطہ ہی گائے بگائے آندی رہی، خدمت دا موقع دیندی رہی، اے اناج جدو مک جائے دوبارہ ضرور آئی، تیرا بچہ تیرے بیٹے دے دروازے تیرے لیے ہمیشہ کھلے نے، تے میں دوبارہ تیری ضرور خدمت کراں گا۔ میرے آقا نے دودھ والی رضائی ماں دی خدمت دا مل پایا، اج سکیاں ماواں نو چپیڑا مارنا، اج سکیاں ماواں نو گالاں دینا۔ ایک نبی پاک کول آیا آندا، سنیو گناہ بڑے کیتے نے کیویں معاف ہون گے؟ فرمایا ماں زندہ ہی آندا، امی تے فوت ہو گئی ہے۔ آقا فرماندے نے تیری خالہ آنٹی زندہ ہے؟ آندا خالہ زندہ ہے۔ آقا فرماندے نے فبر راہ، جا اپنی خالہ دی خدمت تو کر لے، اللہ تیری زندگی دے گناہ معاف کر دے وے گا۔ میرے پاک پیغمبر ابو عبداللہ دی ہم عمر دے لوگ انہاں دی خدمتاں کریا کر دے، ادب کریا کر دے۔ میرے پاک پیغمبر چچا امیر حمزہ نو اپنے باپ عبداللہ دی منند سمجھ دے، ایتھے لوگ چاچیاں نو قتل کر دیندے نے، چچیاں نال بدتمیزیاں کردے نے۔ آقا فرمایا کر دے سی ابیو، اے میرا چچا امیر حمزہ میرے باپ دی منند، میں جمیا نہیں ابو فوت ہو گیا، جدو مینو ابو عبداللہ دی یاد آؤندی ہے میں اپنے چچا نو ویکھ کے کلیجے ٹھنڈ پا لینا وا۔ حضرات چاچیاں نال پیار کرنا، آنٹیاں خالاں دی خدمت کرنا، دودھ دی رضائی ماں حلیمہ دی خدمت کرنا، اے نبی پاک دا حسن سلوک ساڈے واسطے بہترین نمونہ ہے۔ امیاں جے زندہ نے ماں باپ خدمت کریا کر، تر گئے دعاواں کریا کر، مر جانا ہے کسے نہیں رہنا، نہ دھوپ رہنی نہ چھاں بندیا، نہ پیو رہنا نہ ماں بندیا، نہ دھوپ رہنی نہ چھاں بندیا، نہ پیو رہنا نہ ماں بندیا، ہر شل آخر مٹ جانا، ہر شل آخر مک جانا، ایک رہنا رب دا نام بندیا، نہ دھوپ رہنی نہ چھاں بندیا، نہ پیو رہنا نہ ماں بندیا۔ اوے اج مٹی پیراں تھلے ہے، اج مٹی پیراں تھلے ہے، کل مٹی تھلے توں ہونا، جد پتا ہے سبنا تر جانا، جد پتا ہے سبنا تر جانا، پھر کدے لئی رونا تونا، اڑیق دیاں قبراں بندیا، اڑیق دیاں قبراں بندیا، ہر شل آخر مٹ جانا، ایک رہنا رب دا نام بندیا، نہ دھوپ رہنی نہ چھاں بندیا، نہ پیو رہنا نہ ماں بندیا۔ او جڑے پھل سویرے کھڑدے نے سب شام نوں مرجا جاندے، دس مینو کام کی دا بھول، حضرت علامہ حبیب الرحمن یزدانی کتھے رحمت اللہ لے، اور دس مینو خطیب ملت علامہ ظہیر کتھے
رحمتہ علیہ دس مینوں جنگ دے حضرت حافظ عبد العلیم یزدانی کتھے نے پتو کی مولانا میاں محمود عباس کتھے نے شیخ پورے دے دو پھل شیخ القرآن مولانا محمد حسین شیخ پوری حافظ عبداللہ شیخ پوری کتھے نے دس مینوں حضرات الہ آباد تے کنگن پور دا علامہ ابراہیم خادم قصوری کتھے الہ آباد ٹھینگ موڑ خدا دی قسم تواڈے علاقے دی پہچان خطیب پاکستان مولانا شریف الہ آبادی کتھے وے اس لیے کہنا چاہنا جڑے پھل سویرے کھڑدے نے جڑے پھل سویرے کھڑدے نے سب شام نوں مرجا جاندے تاوے وعدے سب بندیا ایک پل وچ روند مٹا جاندے توں مینو مار مکا بندیا ہر شل آخر مٹ جانا ایک رہنا رب دا نا بندیا اللہ کرے رب زندگی دے اسلام والی موت دے ایمان والی اللہ میری تساں باپ دی حاضری قبول فرمائے جو بیان ہویا اللہ صحیح معنی اندر عمل دی توفیق نصیب فرمائے اچھی آمین کو قاری صاحب ماں باپ بہت زیادہ جھگڑا کرتے ہیں نکی نکی گل تے جھگڑا کرتے ہیں اللہ پاک ہدایت دے تے خواتین واسطے بہترین وہ نماز تہجد شروع کر دیں نبی اکرم صلی اللہ علیہ وسلم بیٹا بیٹھ جا بیٹھ جا سیدہ حفصہ رضی اللہ تعالیٰ عنہ ایک نبی پاک دی زوجہ محترمہ مومنہ دی ماں آقا اندے تے ناراض ہو گئے فرمایا میں نو طلاق دے دیاں گا اپنے گھر نہیں رکھنا آسمان تو جبرائیل آئے سونے ہاں حفصہ نو طلاق نہ دیو رضی اللہ تعالیٰ عنہ آقا فرماتے ہیں میں ارادہ کر لیا فیصلہ کر لیا میں نو کرے نہیں رکھنا طلاق دے دینی جبرائیل کہنے لگے سونے ہو حفصہ نو طلاق نہ دیو اللہ پاک دا آرڈر ہے اے تو اڈی حفصہ او بیوی ہے جڑی ادھی ادھی رات نو اٹھ کے نماز تہجد پڑھ دی تو نبی پاک نے ارادہ ختم کر دیتا طلاق نہیں دیتی اے بہترین نمونہ اور بہترین عمل ہے حضرات جڑی بی بی نماز تہجد پڑھ دیئے خدا دی قسم کران دے لڑائی جھگڑے آپ ہی مک جاندے تے جے نہ کدے چکھی نہیں پھر لڑائیاں تو ہونی ہیں نماز دی پابندی اور تہجد دی پابندی کرے انشاءاللہ خاوند تابعدار بن جائے محبوب قدموں میں ہیں جی بی بییاں نماز پڑھن طویل طول لین دی لوڑ ہی نہیں کالیاں مرچاں دم کران دی لوڑ تے گلاب جامن لڈو پیڑے دم کران دی لوڑ کتے جان دی لوڑ نہیں ایویں کتے جا کے پیسے بھی دیو پھر اگلے معاملہ تو سارے جان دیو اللہ ہدایت دے صرف بی بییاں کرے نماز تہجد شروع کرن پنج وقت نماز دی پابندی کرن خاوند آپ ہی تابع دار بن جائے گا اچھی کہو انشاءاللہ باقی آپ فرمائشاں نے وہ ساری فرمائشاں تے پوریاں ہو گئی ہیں اللہ قبول فرمائے تسی اج اچھا دل لگدا نہیں پاکستان اندر میری جان مدینے دی جان اندر پھر کہہ دے مولانا حافظ عثمان فیصل یہ شیراں دے بھی ماسٹر نے تے میں تے طالب علم یہ خطیب ہی عالی شان نے یہ جدو پڑھ دینے تے پھر موتی رول دینے اللہ پاک نے تندرستی والی لمبی زندگی دے اچھی کہہ دے دل لگدا نہیں پاکستان اندر میری جان مدینے دی جان اندر میں کوشش کر رہا ہوں عثمان فیصل دی طرز نام کچھ نہ کوئی تے چسکا ہونا چاہیے دل لگدا نہیں پاکستان اندر میری جان مدینے دی جان اندر وعدہ ہو جائے میرے ایمان اندر جد زیارتاں پاواں مدینے دیاں انہاں دا جڑا انداز ہے نا اتنا میٹھا انداز ہے اتنا میٹھا انداز انداز ہے سبحان اللہ سبحان اللہ جدو تقریر کردے ہیں دل کردا بندہ انہاں دا متھا چومے دل کردا ہے لائن شکر تم
لازیدنکم والا ان کفرتم ان عذابی لشدید. تھوڑی میں کوشش کرا تو پرڈی تے چڑھ جاواں میں کی کیا. بابا جی کہہ رہے ہیں جی بالکل جی تسی کوشش جاری رکھو بندہ ہمت نہ ہارے تے پرڈی تے چڑھ ہی جاندا. کیا ہے انہاں دا انداز انج لگدا جے میں بندے نوں پھڑ پھڑ کے نا انہاں دے کلیجے نوں رگ پا پا کے قران و حدیث ایں پھڑ پھڑ کے زبردستی دل دے اندر اتاری جاندے نے. یہ شعر پڑھیا کردے نے. اور چوتھی جو بیوی آئی حضرت ایوب دی یوسف دی پوتی اتے پڑ پوتی یعقوب دی صابران دی لڑی محبوب ابراہیم خلیل دی صبر دا ورثہ جنہاں تائیں. او آکھیا پیغمبر توں بھی لے جا طلاق نی چلی جا پیکے توڑ جا میرا ساک نی آپ ہی پیا کٹوں جویں کرے رب پاک نی توں تے تکلیف اٹھاویں نہیں. سبحان اللہ. سنیا جا بی بی رحمت چانگران نے ماریاں رب دیا حبیبا تئی تھی. او ایک میرا بیلی بیٹھا کی نام ہوندا فضیلت تو شیخ حافظ مزمر رشید صاحب او کہہ رہے ہیں اوکے میاں میاں ادھر میری طرف ایک سنیا جا بی بی رحمت چانگران نے ماریاں رب دیا حبیبا تئی تھی صدقے میں واریاں لے کے طلاقاں جو چلیاں گئیاں میں ساریاں کھٹے آئی او نہ کچھ نہیں. سبحان اللہ. کہ رات بدبواں جیڑی تساں سناون دے عاشق بدبواں بدلے چھڈ کے نہیں جاون دے تواڈی بیماری اللہ مینو چالام دے میں راضی ہاں لگے میرے تائیں. حضرت میں آج میں بس نہیں کرنی حضرت میں زخمان تھی اس طرز پویں چار گھنٹے میرے کو لوا لو یہ بندہ کیا بات ہے. حضرت میں زخمان تھی منہ نک نہ بٹانگی جے روئی نل پیڑ ہووے تے جب نل چٹانگی خامن دیاں خدمتاں کر کے جنتاں میں کھٹانگی ہن موقع لیاندا ہے اللہ سائیں. سبحان اللہ. اے اجے میرے کول بیٹھے ہیں تھوڑا جہا ٹچ ہویا نا انج شیر ہو گئی یہ طرز تے جے تو انہاں دی میں تقریر سن لئی تے پھر تو میں پوری کاپی انہاں دی کر لاں گا. ٹھیک ہے. اللہ پاک انہاں نوں تندرستی والی لمبی زندگی دے. آمین. تے جڑیاں بڑیاں اوکے پرچی آئے نا میاں بیوی لڑدے نے او میاں بیوی نافرمانی کا انجام نافرمان بیوی کا انجام تے فرما بردار بیوی ایتھوں کیسٹ مل جان انشاءاللہ. ایک بابا نا میرے نوں ٹکریا او 500 سیڑھیاں بنا کے پچھلے سال ڈیڑھ سال او تریا پھرے ونڈ دا تے تقریر میری سی موضوع نافرمان بیوی کا انجام. میں کہ بابا اتنا تھبا ویچنا آندا نہیں جی نہیں اگے میں ہزاراں بنڈیاں نہیں بنڈ رہا. میں کہ خیر آندا میری بڈی بہت تنگ کر دی میرا جینا مرنا انہیں بہت مشکل چ پایا سی میں تے گھر پھائے لگیا سا. آندا میں او ایک کی تو مینوں کسے دتی خدا دی قسم او لڑائی مک گئی او تے میری بڑی تابے دار فرما بردار. میں کیا کیوں نہ ہوئے صدقہ جاری اگے بھی کرا ادا ادوں دا میں یہ مشن ہی بنا لیا اسماعیل لطیق دی جڑی نافرمان بیوی کا انجام تے فرما بردار بیوی آندا بس بنا اپنا گھراں دے گھر جی لڑائیاں بڑیاں نے مولوی صاحب تسی نہیں جان دے میں ونڈی جانا تاکہ لڑائیاں مک جان تہانوں بھی ثواب ہوے مینوں بھی. ہوں ٹائم بڑا ہو گیا باقی دا باقی اگلی دفعہ جی. بسم اللہ الرحمن الرحیم الحمد للہ رب العالمین اللہم صلی علی محمد وعلی آل محمد کما صلی علی ابراہیم وعلی آل ابراہیم انک حمید مجید.
یا اللہ سارے صغیرہ کبیرہ گناہ معاف فرما، چھوٹے بڑے تمام گناہ معاف فرما، یا اللہ بیماراں شفا دے دے، اس مرکز اسماعیل ذبیح اللہ نو قیامت تک آباد فرما، مرکز دی انتظامیہ جماعتی نمازی سبنا دی محنت محبت قبول فرما۔ اے یکم فروری دا جمعہ حضرت علامہ حافظ محمد زبیر حیدر لاہور والے ایتھے جمعہ پڑھان گے، حافظ صاحب دی زیر نگرانی، آپ صاحب نے لاہور جانا ہے، لاہوروں زبیر حیدر صاحب ایتھے آئے گا، آؤ گے نا انشاءاللہ۔ تے کل اتوار پرسو سوموار والے دن مولانا اصغر بانی کی نام مسجد عثمان بن عفان ادھر ہی ہے کتے، عثمان مسجد مولانا اصغر بانی، عشاء دی نماز تو بعد اتھے میرا بیان ہے، عشاء دی نماز دے فوراً بعد ایک گھنٹہ اتھے میرا بیان ہوئے گا، پہنچو گے اتھے انشاءاللہ۔ یا اللہ میرے سارے بھائیاں تے راضی ہو جا، نیک حاجات پوریاں کر، تمام نیک خواہشات پوریاں فرما دے، ڈاکٹر صاحب دے بچے نے قرآن پڑھے یا اللہ قبول فرما، بچے نو حافظ قرآن قاری القرآن مبلغ دائی بنا، یا اللہ ڈاکٹر صاحب دے رزق کاروبار اندر برکتاں عطا فرما۔ تے بابا جی منشا صاحب او کی بابا جی منشا واسطے دعا کرو، اللہ پاک مکمل تندرستی دے، ہم ہما کما ربا یعنی صغیرا، ربنا آتنا فی الدنیا حسنۃ وفی الآخرۃ حسنۃ وقنا عذاب النار، ربنا تقبل منا انک انت السمیع العلیم، وتب علینا انک انت التواب الرحیم، وصلی اللہ تعالی علی خیر خلق محمد و اہل بیت اجمعین برحمتک یا ارحم الراحمین۔